कि उन्होंने हंसराज पार्क के पूरा पंडाल लगा के सजाया होया। ये रस्ता जिहड़ा एंट्री का हैगा आ, जिथे कि सामने तुसीं देख सकते हो कि नवराज हंस खड़े ने स्वागत के लिए। उन्हां नाल ही सब तो पहला गलबात करांगे, उन्हां दे कोल ही जावांगे। नवराज जी, सब तो पहला तुहानूं बहुत बहुत मुबारक। सत श्री अकाल जी। जी आयां नूं थैंक यू सो मच। थैंक यू। किवें स्वागत हो रहे ने, किवें दा महसूस हो रहा कि अज तो नवां घर दे विच एक मैंबर आ रहा? बहुत जबरदस्त तैयारियां कीतियां, तुसीं देख सकते हो। बड़ा फार्म नूं बड़े घैंट तरीके नाल सजाया गया, स्पैशली उहदे वास्ते जिहड़ा एक नवां मैंबर परिवार च आ रहा। और बड़ा डिस्क्रीट जिहा, बड़ा फैमिली ओरिएंटेड जिहा फंक्शन रखिया सी। पार्टी तो अभी शुरू हुई है। मैं तुहाडी अक्सर सोशल मीडिया के उपर दोवां भरावां दी चोल मोल प्यार वाले किस्से जिहड़े देखदा रहिंदा, तुसीं भी बड़ा प्यार करदे हो। अज फिर खास मूवमेंट हैगी है, कुछ खास तगमा हो जाए उन्हां दे लई। लगता से सारे संसार की शादी है, आज मेरे यार की शादी है, आज मेरे यार की शादी है। आई थिंक मोर देन अ ब्रदर टू मी, इज मोर ऑफ अ फ्रेंड टू मी, लाइक अ बेस्ट फ्रेंड। ही इज ऑलवेज बीन लाइक अ बेस्ट फ्रेंड टू मी। तो मैं अज इदा ही लग रहा कि मेरे बेस्ट फ्रेंड का ब्याह है। ब्रदर वाली फीलिंग तो है ही है, क्योंकि अभी बायोलॉजिकली अभी ब्रदर हैं। यस, ही इज माई बेस्ट फ्रेंड एज वैल। ਅੱਜ ਛੋਟੇ ਭਰਾ ਦੇ ਲਈ ਗਿਫਟ ਕੀ ਤਿਆਰ ਕੀਤਾ ਤੁਸੀਂ? ਗਿਫਟ ਮੈਂ ਉਹਨੂੰ ਕਿਹਾ ਸੀਗਾ, ਯਾਰ ਮੈਂ ਤੈਨੂੰ ਵਰਲਡ ਟੂਰ ਸਪੋਂਸਰ ਕਰਦਾ, ਤੂੰ ਘੁੰਮਿਆ ਡੇਢ ਮਹੀਨੇ ਲਈ। ਬਟ ਉਹ ਹੁਣ ਚੱਕਰ ਕੀ ਹੋਇਆ ਪਿਆ, ਉਹ ਹੀ ਇਜ਼ ਵੈਰੀ ਬਿਜ਼ੀ। ਸ਼ੁਕਰ ਹੈ ਬਾਬਾ ਜੀ ਦਾ ਕਿ ਅਸੀਂ ਸਾਰੇ ਜਾਣੇ ਅੱਜ ਕੱਲ੍ਹ ਜਿਹੜਾ ਸੀਜ਼ਨ ਚੱਲ ਰਿਹਾ ਹੁੰਦਾ ਸਿੰਗਰਾਂ ਦਾ, ਸ਼ੋਜ਼ ਕਰ ਰਹੇ ਹਾਂ। ਡੈਡੀ ਜੀ ਬਿਜ਼ੀ ਆ, ਯੁਵਰਾਜ ਬਿਜ਼ੀ ਆ, ਮੈਂ ਵੀ ਬਿਜ਼ੀ ਸੀਗਾ, ਅਤੇ ਬੈਕ ਟੂ ਬੈਕ ਕੁਛ ਨਾ ਕੁਛ ਕੰਮ ਚੱਲ ਰਿਹਾ। ਬਟ ਮੈਨੂੰ ਲੱਗਦਾ ਜਿਹੜਾ ਉਹਦਾ ਗਿਫਟ ਆ, ਉਹ ਉਹਨੂੰ ਅਪ੍ਰੈਲ ਜਾਂ ਮਈ 'ਚ ਮੈਂ ਦਊਂਗਾ। ਹਾਲੇ ਉਹ ਇਜ਼ ਨੋਟ ਫਰੀ ਫੋਰ ਦੈਟ। ਅਤੇ ਮੈਂ ਉਹਨੂੰ ਉਹੀ ਗਿਫਟ ਦੇਣਾ ਚਾਹੁੰਦਾ ਜਿੱਦਾਂ ਮੈਨੂੰ ਪਤਾ ਕਿ ਉਹਨੂੰ ਕੀ ਪਸੰਦ ਹੈ, ਅਤੇ ਫਿਰ ਉਹਨੂੰ ਇੱਕ ਡੇਢ ਮਹੀਨੇ ਦੀਆਂ ਛੁੱਟੀਆਂ 'ਤੇ ਭੇਜੂੰਗਾ ਮੈਂ। ਆਵ ਆਲਰੇਡੀ ਉਹ ਸੋਰਟ ਆਊਟ ਹੋ ਗਿਆ ਸਾਰਾ ਕੁਛ। ਤੁਹਾਨੂੰ ਪਤਾ ਕਿ ਉਹਨਾਂ ਨੂੰ ਕੀ ਪਸੰਦ ਆ, ਮੈਂ ਕਹਿੰਦਾ ਸਾਰੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏ ਕਿ ਯੁਵਰਾਜ ਨੂੰ ਨਵਰਾਜ ਵੱਲੋਂ ਕੀ ਪਸੰਦ ਹੈਗਾ, ਜਾਂ ਤੁਹਾਨੂੰ ਕੀ ਪਤਾ? ਸਪੈਸ਼ਲੀ ਉਹਨੂੰ ਮੇਰੀਆਂ ਜੈਕਟਾਂ ਚੋਰੀ ਕਰਨੀਆਂ। ਮੈਂ ਇੱਕ ਪੋਸਟ ਵੀ ਦੇਖੀ ਸੀਗੀ ਕਿ ਬਾਈ ਇਹ ਜੈਕਟ ਮੇਰੀ ਆ, ਸ਼ਾਇਦ ਬਲੂ ਕਲਰ ਦੀ ਜੈਕਟ, ਬੜੀ ਸੋਹਣੀ ਸੀਗੀ, ਮੈਂ ਆਪ ਦੇਖੀ ਉਹ। ਹਾਂ, ਉਹ ਭਾਵੇਂ ਉਹਦੇ ਕੋਲ 1000 ਜੈਕਟ ਹੋਵੇ, ਉਹਨੇ ਜਿਹੜੀ ਮੈਂ ਨਵੀਂ ਜੈਕਟ ਲੈਣੀ ਉਹਨੇ ਉਹੀ ਚੱਕ ਲੈਣੀ ਬਸ ਦੇਖ ਕੇ। ਉਹਨੂੰ ਬਹੁਤ ਪਸੰਦ ਹੈ, ਹੀ ਲਵਸ ਨੇਚਰ, ਉਹਨੂੰ ਇਕਾਂਤ 'ਚ ਬੜਾ ਪਸੰਦ ਹੈ ਰਹਿਣਾ। ਹੀ ਇਜ਼ ਨੋਟ ਅ ਪਾਰਟੀ ਪਾਰਟੀ ਗਾਏ, ਮੈਂ ਹਾਲਾਂਕਿ ਬਹੁਤ ਪਾਰਟੀ ਕਰਦਾ, ਮੈਨੂੰ ਬਹੁਤ ਪਸੰਦ ਹੈ, ਬਟ ਜੋ ਹੋਰ ਚੀਜ਼ਾਂ ਪਸੰਦ ਹੈ ਉਹ ਮੈਂ। ਨਵਰਾਜ ਅੱਜ ਪਰਫੋਰਮੈਂਸ ਦੇਣਗੇ, ਭਰਾ ਦੇ ਛੋਟੇ ਭਰਾ ਦੀ ਵਿਆਹ ਹੈਗਾ, ਮੈਰਿਜ ਹੈਗੀ ਆ, ਅੱਜ ਰਿਸੈਪਸ਼ਨ ਚੱਲ ਰਹੀ ਹੈ, ਤੁਸੀਂ ਪਰਫੋਰਮ ਕਰੋਗੇ ਅੱਜ? ਅੱਜ ਕਾਫੀ ਲੋਕ ਸੈਗੇ ਗਾਉਣ ਵਾਲੇ ਵੀ, ਸਾਡੇ ਫਰੈਂਡਸ ਵੀ ਆ, ਯੁਵਰਾਜ ਦੇ ਫਰੈਂਡਸ ਵੀ ਸਾਰੇ ਗਾਉਂਦੇ ਆ, ਅਤੇ ਗਾਉਣਗੇ। ਇਫ ਜੇ ਜਿੱਦਾਂ ਮੌਜ ਹੋਈ, ਡੈਡੀ ਜੀ ਹੁਕਮ ਕਰਨਗੇ ਤਾਂ ਜ਼ਰੂਰ ਗਾਵਾਂਗੇ। ਧੰਨਵਾਦ ਗੱਲਬਾਤ ਕਰਨ ਲਈ, ਅਤੇ ਬਹੁਤ ਬਹੁਤ ਮੁਬਾਰਕ ਆ ਤੁਹਾਨੂੰ ਇੱਕ ਵਾਰ ਫਿਰ ਤੋਂ। ਸੋ ਰਿਸੈਪਸ਼ਨ ਪਾਰਟੀ ਚੱਲ ਰਹੀ ਹੈ, ਗੈਸਟ ਕਾਫੀ ਆ ਰਹੇ ਨੇ, ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਹਾਂ ਕਿ ਜੋ ਤਿਆਰੀਆਂ ਅੱਗੇ ਹੈਗੀਆਂ ਨੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਨਵਰਾਜ ਹੰਸ ਹੁਣਾਂ ਨੇ ਦੱਸਿਆ ਹੈ ਕਿ ਛੋਟੇ ਭਰਾ ਦੀ ਜਿਹੜੀ ਮੈਰਿਜ ਆ, ਬੜੇ ਧੂਮਧਾਮ ਦੇ ਨਾਲ। ਹੰਸਰਾਜ ਹੰਸ ਜੀ, ਸੂਫੀ ਸਿੰਗਰ, ਆਪ ਜਿਹੜਾ ਆ ਸਾਰੇ ਗੈਸਟ ਨੂੰ ਲੈ ਕੇ ਅੰਦਰ ਜਾ ਰਹੇ ਨੇ। ਇਹ ਪੰਡਾਲ ਜਿਹੜਾ ਆ ਉਹਨਾਂ ਦੇ ਫਾਰਮ ਹਾਊਸ ਦੇ ਵਿੱਚ ਹੀ ਲਗਾਇਆ ਗਿਆ, ਹੰਸਰਾਜ ਹੰਸ ਪਾਰਕ ਇਸ ਨੂੰ ਨਾਮ ਦਿੱਤਾ ਗਿਆ ਆ। ਤੁਸੀਂ ਦੇਖ ਸਕਦੇ ਹੋ ਕਿ ਡੈਕੋਰੇਸ਼ਨ ਜਿਹੜੀ ਹੈ ਸਾਰੀ ਇੱਥੇ ਕੀਤੀ ਹੋਈ ਹੈ, ਅਤੇ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ। ਅੱਜ ਸਵੇਰੇ ਹੀ ਵਿਆਹ ਹੋਇਆ, ਅਤੇ ਅੱਜ ਸ਼ਾਮ ਨੂੰ ਹੁਣ ਰਿਸੈਪਸ਼ਨ ਪਾਰਟੀ ਜਿਹੜੀ ਹੈ ਹੰਸਰਾਜ ਹੰਸ ਦੇ ਜੱਦੀ ਪਿੰਡ ਸਫੀਪੁਰ ਦੇ ਵਿੱਚ ਹੋ ਰਹੀ ਹੈ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਯਨ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਅਪਡੇਟ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਤੇ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਸਫੀਪੁਰ ਪਿੰਡ ਦੇ ਵਿੱਚ ਜਿੱਥੇ ਕਿ ਰਿਸੈਪਸ਼ਨ ਪਾਰਟੀ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਜਿਹੜਾ ਕਿ ਹਿੰਦੂ ਰੀਤੀ ਰਿਵਾਜ਼ਾਂ ਨਾਲ ਜਿਹਨੂੰ ਕਹਿੰਦੇ ਕਿ ਲਾਵਾਂ ਫੇਰੇ ਜਿਹੜੇ ਹੈ ਉਹ ਹੋਣੇ ਹੈ ਦੁਪਹਿਰੇ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾਇਆ ਸੀਗਾ ਕਿ ਆਨੰਦ ਕਾਰਜ ਹੋ ਕੇ ਹਟਿਆ ਸੀਗਾ ਤੇ ਆਨੰਦ ਕਾਰਜ ਤੋਂ ਬਾਅਦ ਲਾਵਾਂ ਫੇਰੇ ਹੋਣੇ ਹੈ। ਯੁਵਰਾਜ ਤੇ ਮਾਨਸੀ ਨੇ ਵੀ ਬਾਲੀਵੁੱਡ ਦੀ ਜਿਹੜੀ ਪ੍ਰਥਾ ਹੈਗੀ ਉਹਨੂੰ ਕਾਮਯਾਬ ਰੱਖਿਆ, ਉਹਨੂੰ ਕਾਮਯਾਬ ਕੀਤਾ ਹੈ ਕਿਤੇ ਨਾ ਕਿਤੇ, ਕਿਉਂਕਿ ਬਾਲੀਵੁੱਡ ਦੇ ਵਿੱਚ ਇੱਕ ਬਹੁਤ ਅੱਛਾ ਇੱਕ ਟ੍ਰੈਂਡ ਚੱਲਿਆ ਸੀਗਾ ਕਿ ਦੋ ਤਰੀਕੇ ਨਾਲ ਜਿਹੜਾ ਵਿਆਹ ਕਰਵਾਇਆ ਜਾ ਰਿਹਾ ਸੀ ਦੋ ਰਿਲੀਜਨ ਨਾਲ। ਇਹਨਾਂ ਨੇ ਵੀ ਕਪਿਲ ਤੇ ਗਿੰਨੀ ਵਾਂਗ ਹੀ ਪਹਿਲੇ ਆਨੰਦ ਕਾਰਜ ਹੋ ਕੇ ਹਟਿਆ ਔਰ ਹੁਣ ਜਿਹੜੇ ਹੈ ਲਾਵਾਂ ਫੇਰੇ ਹੋਣੇ ਹੈ। ਬਹੁਤ ਅੱਛੀ ਜਿਹੜੀ ਹੈ ਡੈਕੋਰੇਸ਼ਨ ਕੀਤੀ ਗਈ ਹੈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਫਲਾਵਰ ਦਾ ਬਹੁਤ ਅੱਛਾ ਫਲਾਵਰਸ ਦਾ ਕੰਬੀਨੇਸ਼ਨ ਬਣਾਇਆ ਗਿਆ, ਉਹੀ ਕਰਟਨ ਥੀਮ ਨੂੰ ਰੱਖਿਆ ਗਿਆ ਜਿਹੜਾ ਕਿ ਆਪਾਂ ਆਨੰਦ ਕਾਰਜ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਹੰਸਰਾਜ ਹੰਸ ਉਹਨਾਂ ਦੇ ਘਰ ਦੇ ਵਿੱਚ। ਕਰਟਨ ਥੀਮ ਅਤੇ ਫਰੇਮ ਥੀਮ ਨੂੰ ਰੱਖਿਆ ਗਿਆ, ਫਲਾਵਰ ਦੀ ਬੜੀ ਸੋਹਣੀ ਥੀਮ ਰੱਖੀ ਗਈ ਹੈ। ਪੀਕੌਕ ਦਾ ਜਿਹੜਾ ਇੱਕ VVIP ਲੌਂਚ ਬਣਾਇਆ ਗਿਆ ਔਰ ਉਹੀ ਬੱਗੀ ਜਿਹਦੇ 'ਚ ਮਾਨਸੀ ਦੀ ਬੈਂਗਲ ਸੈਰਾਮਨੀ ਹੋਈ ਸੀ, ਮਾਈਆਂ ਸੈਰਾਮਨੀ ਜਿਹੜੀ ਹਲਦੀ ਦੀ ਰਸਮ ਹੋਈ ਸੀਗੀ ਉਹੀ ਬੱਗੀ ਨੂੰ ਇੱਥੇ ਲਿਆ ਕੇ ਰੱਖ ਦਿੱਤਾ ਗਿਆ ਔਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਨਵਰਾਜ ਹੰਸ ਅਤੇ ਗੁਰਦੀਪ ਮਹਿੰਦੀ ਜਿਹੜੇ ਕਿ ਦਲੇਰ ਮਹਿੰਦੀ ਦੇ ਬੇਟੇ ਨੇ ਉਹ ਅੱਜ ਇੱਥੇ ਪਰਫੋਰਮ ਕਰਨਗੇ ਇਸ ਰਿਸੈਪਸ਼ਨ ਪਾਰਟੀ 'ਤੇ। ਅਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਿਹੜੇ ਹੈ ਵਧੀਆ ਇੰਤਜ਼ਾਮ ਕੀਤੇ ਗਏ ਨੇ, VVIP ਲੌਂਚ ਜਿਹੜੇ ਬਣਾਏ ਗਏ ਨੇ, ਸਪੈਸ਼ਲ ਬਾਰ ਦਾ ਵੀ ਜਿਹੜਾ ਅਰੇਂਜਮੈਂਟ ਹੈ ਉਹ ਕੀਤਾ ਗਿਆ ਹੈ। ਹੰਸਰਾਜ ਹੰਸ ਜੀ ਹੁਣੀ ਥੋੜ੍ਹੀ ਦੇਰ ਪਹਿਲਾਂ ਇੱਥੇ ਪਹੁੰਚ ਚੁੱਕੇ ਨੇ, ਸਾਰੇ ਅਰੇਂਜਮੈਂਟਸ ਦਾ ਉਹ ਜਾਇਜ਼ਾ ਲੈ ਰਹੇ ਨੇ ਅਤੇ ਬਾਕੀ ਦੀਆਂ ਲਾਈਵ ਅਪਡੇਟਸ ਤੁਹਾਨੂੰ ਅਸੀਂ ਦਿੰਦੇ ਰਹਾਂਗੇ। ਤੁਸੀਂ ਬਾਕੀ ਦੀਆਂ ਅਪਡੇਟਸ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਮੈਂ ਨਯਨ ਅਵਸਥੀ, ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। Thank you.
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਯਨ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਯੁਵਰਾਜ ਤੇ ਮਾਨਸੀ ਦੇ ਵਿਆਹ ਦੀਆਂ ਲਾਈਵ ਅਪਡੇਟਸ ਤੇ ਹਾਲ ਹੀ ਚ ਸਾਡੇ ਨਾਲ ਜੁੜ ਗਏ ਨੇ ਯੁਵਰਾਜ ਹੰਸ ਦੇ ਪਰਮ ਮਿੱਤਰ ਸਾਡੇ ਨਾਲ ਮੌਜੂਦ ਨੇ ਮਹਾਨ ਮਸ਼ਹੂਰ ਬਾਲੀਵੁੱਡ ਸਿੰਗਰ ਦੇਵ ਜੀ। ਦੇਵ ਜੀ ਬਹੁਤ ਬਹੁਤ ਵੈਲਕਮ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਅੱਜ ਯੁਵਰਾਜ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ? ਉਹ ਯੁਵਰਾਜ ਮੇਰਾ ਬਹੁਤ ਪੁਰਾਣਾ ਦੋਸਤ ਹੈ, 12-13 ਸਾਲ ਪੁਰਾਣੀ ਹਮਾਰੀ ਫਰੈਂਡਸ਼ਿਪ ਹੈ, ਕਾਲਜ ਮੇ ਸਾਥ ਪੜ੍ਹਤੇ ਥੇ ਔਰ ਮੈਂ ਬਹੁਤ ਹੀ ਖੁਸ਼ ਹੂੰ ਕਿ ਆਜ ਉਨਕੇ ਸਾਥ ਉਨਕੀ ਪਾਰਟੀ ਮੇ ਔਰ ਉਨਕੇ ਮੈਂ ਆਪ ਸ਼ਾਦੀ ਮੇ ਸ਼ਰੀਕ ਹੋ ਰਹਾ ਹੂੰ, ਮੈਂ ਇੱਕ ਵਾਰ ਅੰਕਲ ਜੀ ਕੇ ਪਹੁੰਚ। ਜੀ ਜੀ ਜੀ, ਹਾਂਜੀ ਦੇਵ ਜੀ ਜੀ ਔਰ ਜੀ ਦੁਬਾਰਾ ਕਰ ਅਮਿਤ ਚੱਲ ਵੀ ਚੱਲ ਆਪ ਪਵਨ 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 ਪੰਜਾਬ ਦੇ ਪ੍ਰਸਿੱਧ ਐਕਟਰ ਅਤੇ ਸਿੰਗਰ ਯੁਵਰਾਜ ਹੰਸ ਦੀ ਅੱਜ ਰਿਸੈਪਸ਼ਨ ਪਾਰਟੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਭਰਾ ਕਿਵੇਂ ਖੁਸ਼ ਨੇ ਅਤੇ ਦੋਵੇਂ ਭਰਾ ਹੀ ਖੁਸ਼ੀ ਦੇ ਵਿੱਚ ਨੋਟ ਵਰਸਾ ਰਹੇ ਨੇ ਅਤੇ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦੀਆਂ ਖੁਸ਼ੀਆਂ ਜਿਹੜੀਆਂ ਨੇ ਅੱਜ ਚਾਹ ਖੁਸ਼ੀਆਂ ਦੇ ਚਾਹ ਜਿਹੜੇ ਆ ਸਾਂਭੇ ਨਹੀਂ ਜਾ ਰਹੇ। ਦੋਵੇਂ ਭਰਾਵਾਂ ਦੇ ਚਿਹਰੇ ਦੇ ਉੱਪਰ ਮੁਸਕਰਾਹਟ ਦੇਖ ਸਕਦੇ ਹੋ ਤੁਸੀਂ, ਘੋੜੀ ਦੇ ਉੱਪਰ ਯੁਵਰਾਜ ਹੰਸ ਹੁਣੀ ਚੜ੍ਹਨਗੇ, ਜਿਹੜੀ ਉਹਨਾਂ ਦੀ ਵਾਈਫ ਹੈਗੀ ਆ ਮਾਨਸੀ ਸ਼ਰਮਾ ਉਹ ਵੀ ਗੱਡੀ ਦੇ ਵਿੱਚ ਹੈਗੇ ਨੇ। ਤੁਸੀਂ ਦੇਖ ਸਕਦੇ ਹੋ ਕਿ ਯੁਵਰਾਜ ਹੰਸ ਹੁਣੀ ਘੋੜੀ ਦੇ ਉੱਪਰ ਚੜ੍ਹ ਕੇ ਰਿਸੈਪਸ਼ਨ ਪਾਰਟੀ ਜਿੱਥੇ ਹੈਗੀ ਆ ਉੱਥੋਂ ਤੱਕ ਜਾਣਗੇ ਅਤੇ ਅੱਜ ਇਹ ਵਾਲਾ ਦਿਨ ਜਿਹੜਾ ਆ ਇਸ ਪਰਿਵਾਰ ਦੇ ਲਈ ਬੜਾ ਖੁਸ਼ੀਆਂ ਭਰਿਆ ਹੈ। ਘੋੜੀ ਦੇ ਉੱਪਰ ਚੜ੍ਹ ਗਏ ਨੇ, ਵੱਡੇ ਭਰਾ ਦੇ ਵੱਲੋਂ ਨੋਟ ਵਾਰੇ ਜਾ ਰਹੇ ਨੇ। ਜੋ ਪੰਜਾਬ ਦੀ ਰੈਤ ਹੈਗੀ ਆ, ਪੰਜਾਬ ਦੇ ਰੀਤੀ ਰਿਵਾਜ਼ ਹੈਗੇ ਨੇ, ਘੋੜੀ ਦੇ ਉੱਪਰ ਦੁੱਲਾ ਚੜ੍ਹ ਕੇ ਜਾਂਦਾ ਆ, ਉਹ ਅੱਜ ਯੁਵਰਾਜ ਹੰਸ ਦਾ ਟਾਈਮ ਆ ਚੁੱਕਾ ਆ ਅਤੇ ਸਵੇਰੇ ਮੈਰਿਜ ਹੋ ਚੁੱਕੀ ਨੇ ਅਤੇ ਹੁਣ ਰਿਸੈਪਸ਼ਨ ਪਾਰਟੀ ਜਿਹੜੀ ਹੈ ਚੱਲਣ ਜਾ ਰਹੀ ਹੈ ਅਤੇ ਯੁਵਰਾਜ ਹੰਸ ਹੁਣੀ ਐਂਟਰ ਕਰਨ ਜਾ ਰਹੇ ਨੇ ਰਿਸੈਪਸ਼ਨ ਪਾਰਟੀ ਜਿੱਥੇ ਚੱਲੇਗੀ। ਤੁਸੀਂ ਦੇਖ ਸਕਦੇ ਹੋ ਕਿ ਬੜੇ ਖੁਸ਼ ਨਜ਼ਰ ਆ ਰਹੇ ਨੇ ਯੁਵਰਾਜ ਹੰਸ ਅਤੇ ਇਸ ਤੋਂ ਬਾਅਦ ਜਿਹੜਾ ਆ ਯੁਵਰਾਜ ਹੰਸ ਹੁਣੀ ਜਿੱਥੇ ਪਾਰਟੀ ਹੈ ਉੱਥੇ ਜਾਣਗੇ। ਜੱਦੀ ਪਿੰਡ ਦੇ ਵਿੱਚ ਇਹ ਸਾਰਾ ਸਮਾਗਮ ਹੰਸਰਾਜ ਹੰਸ ਦੇ ਜੱਦੀ ਪਿੰਡ ਦੇ ਵਿੱਚ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਕਿ ਯੁਵਰਾਜ ਹੰਸਾਂ ਦੀ ਘੋੜੀ ਦੇ ਉੱਪਰ ਚੜ੍ਹ ਕੇ ਹੁਣ ਰਿਸੈਪਸ਼ਨ ਪਾਰਟੀ ਤੱਕ ਜਾਣਗੇ। ਕੈਮਰਾਮੈਨ ਪਵਨ ਗਰਾਉਂਜੇ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਯਨ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਯੁਵਰਾਜ ਤੇ ਮਾਨਸੀ ਦੇ ਵਿਆਹ ਦੀਆਂ ਲਾਈਵ ਅਪਡੇਟਸ ਤੇ ਹਾਲ ਹੀ ਚ ਸਾਡੇ ਨਾਲ ਜੁੜ ਗਏ ਨੇ ਯੁਵਰਾਜ ਹੰਸ ਦੇ ਪਰਮ ਮਿੱਤਰ ਸਾਡੇ ਨਾਲ ਮੌਜੂਦ ਨੇ ਅਮਿਤ। ਚੱਲ ਵੀ ਚੱਲ ਪਵਨ 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 ਪੰਜਾਬ ਦੇ ਪ੍ਰਸਿੱਧ ਐਕਟਰ ਅਤੇ ਸਿੰਗਰ ਯੁਵਰਾਜ ਹੰਸ ਦੀ ਅੱਜ ਰਿਸੈਪਸ਼ਨ ਪਾਰਟੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਭਰਾ ਕਿਵੇਂ ਖੁਸ਼ ਨੇ ਅਤੇ ਦੋਵੇਂ ਭਰਾ ਹੀ ਖੁਸ਼ੀ ਦੇ ਵਿੱਚ ਨੋਟ ਵਰਸਾ ਰਹੇ ਨੇ ਅਤੇ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦੀਆਂ ਖੁਸ਼ੀਆਂ ਜਿਹੜੀਆਂ ਨੇ ਅੱਜ ਚਾਹ ਖੁਸ਼ੀਆਂ ਦੇ ਚਾਹ ਜਿਹੜੇ ਆ ਸਾਂਭੇ ਨਹੀਂ ਜਾ ਰਹੇ। ਦੋਵੇਂ ਭਰਾਵਾਂ ਦੇ ਚਿਹਰੇ ਦੇ ਉੱਪਰ ਮੁਸਕਰਾਹਟ ਦੇਖ ਸਕਦੇ ਹੋ ਤੁਸੀਂ, ਘੋੜੀ ਦੇ ਉੱਪਰ ਯੁਵਰਾਜ ਹੰਸ ਹੁਣੀ ਚੜ੍ਹਨਗੇ,
ਜਿਹੜੀ ਉਹਨਾਂ ਦੀ ਵਾਈਫ ਹੈਗੀ ਆ ਮਾਨਸੀ ਸ਼ਰਮਾ ਉਹ ਵੀ ਗੱਡੀ ਦੇ ਵਿੱਚ ਹੈਗੇ ਨੇ। ਤੁਸੀਂ ਦੇਖ ਸਕਦੇ ਹੋ ਕਿ ਯੁਵਰਾਜ ਹੰਸੋਣੀ ਘੋੜੀ ਦੇ ਉੱਪਰ ਚੜ੍ਹ ਕੇ ਰਿਸੈਪਸ਼ਨ ਪਾਰਟੀ ਜਿੱਥੇ ਹੈਗੀ ਆ ਉੱਥੋਂ ਤੱਕ ਜਾਣਗੇ। ਅਤੇ ਅੱਜ ਇਹ ਵਾਲਾ ਦਿਨ ਜਿਹੜਾ ਆ ਇਸ ਪਰਿਵਾਰ ਦੇ ਲਈ ਬੜਾ ਖੁਸ਼ੀਆਂ ਭਰਿਆ ਹੈ। ਘੋੜੀ ਦੇ ਉੱਪਰ ਚੜ੍ਹ ਗਏ ਨੇ, ਵੱਡੇ ਭਰਾ ਦੇ ਵੱਲੋਂ ਨੋਟ ਵਾਰੇ ਜਾ ਰਹੇ ਨੇ। ਜੋ ਪੰਜਾਬ ਦੀ ਰੈਤ ਹੈਗੀ ਆ, ਪੰਜਾਬ ਦੇ ਰੀਤੀ ਰਿਵਾਜ ਹੈਗੇ ਨੇ, ਘੋੜੀ ਦੇ ਉੱਪਰ ਦੁੱਲਾ ਚੜ੍ਹ ਕੇ ਜਾਂਦਾ ਆ, ਉਹ ਅੱਜ ਯੁਵਰਾਜ ਹੰਸ ਦਾ ਟਾਈਮ ਆ ਚੁੱਕਾ ਆ ਅਤੇ ਸਵੇਰੇ ਮੈਰਿਜ ਹੋ ਚੁੱਕੀ ਨੇ ਅਤੇ ਹੁਣ ਰਿਸੈਪਸ਼ਨ ਪਾਰਟੀ ਜਿਹੜੀ ਹੈ ਚੱਲਣ ਜਾ ਰਹੀ ਹੈ ਅਤੇ ਯੁਵਰਾਜ ਹੰਸ ਹੋਣੀ ਐਂਟਰ ਕਰਨ ਜਾ ਰਹੇ ਨੇ ਰਿਸੈਪਸ਼ਨ ਪਾਰਟੀ ਜਿੱਥੇ ਚੱਲੇਗੀ। ਤੁਸੀਂ ਦੇਖ ਸਕਦੇ ਹੋ ਕਿ ਬੜੇ ਖੁਸ਼ ਨਜ਼ਰ ਆ ਰਹੇ ਨੇ ਯੁਵਰਾਜ ਹੰਸ। ਉਸ ਤੋਂ ਬਾਅਦ ਜਿਹੜਾ ਆ ਯੁਵਰਾਜ ਹੰਸ ਹੋਣੀ ਜਿੱਥੇ ਪਾਰਟੀ ਹੈ ਉੱਥੇ ਜਾਣਗੇ। ਜੱਦੀ ਪਿੰਡ ਦੇ ਵਿੱਚ ਇਹ ਸਾਰਾ ਸਮਾਗਮ ਹੰਸਰਾਜ ਹੰਸ ਦੇ ਜੱਦੀ ਪਿੰਡ ਦੇ ਵਿੱਚ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਕਿ ਯੁਵਰਾਜ ਹੰਸਾਨੀ ਘੋੜੀ ਦੇ ਉੱਪਰ ਚੜ੍ਹ ਕੇ ਹੁਣ ਰਿਸੈਪਸ਼ਨ ਪਾਰਟੀ ਤੱਕ ਜਾਣਗੇ। ਕੈਮਰਾਮੈਨ ਪਵਨ ਕਰਾਉਂਜੇ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। ਪਵਨ 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 ਪੰਜਾਬ ਦੇ ਪ੍ਰਸਿੱਧ ਐਕਟਰ ਅਤੇ ਸਿੰਗਰ ਯੁਵਰਾਜ ਹੰਸ ਦੀ ਅੱਜ ਰਿਸੈਪਸ਼ਨ ਪਾਰਟੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਭਰਾ ਕਿਵੇਂ ਖੁਸ਼ ਨੇ ਅਤੇ ਦੋਵੇਂ ਭਰਾ ਹੀ ਖੁਸ਼ੀ ਦੇ ਵਿੱਚ ਨੋਟ ਵਰਸਾ ਰਹੇ ਨੇ ਅਤੇ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦੀਆਂ ਖੁਸ਼ੀਆਂ ਜਿਹੜੀਆਂ ਨੇ ਅੱਜ ਖੁਸ਼ੀਆਂ ਦੇ ਚਾਅ ਜਿਹੜੇ ਆ ਸਾਂਭੇ ਨਹੀਂ ਜਾ ਰਹੇ। ਦੋਵੇਂ ਭਰਾਵਾਂ ਦੇ ਚਿਹਰੇ ਦੇ ਉੱਪਰ ਮੁਸਕਰਾਹਟ ਦੇਖ ਸਕਦੇ ਹੋ ਤੁਸੀਂ। ਘੋੜੀ ਦੇ ਉੱਪਰ ਯੁਵਰਾਜ ਹੰਸ ਹੁਣੀ ਚੜ੍ਹਨਗੇ, ਜਿਹੜੀ ਉਹਨਾਂ ਦੀ ਵਾਈਫ ਹੈਗੀ ਆ ਮਾਨਸੀ ਸ਼ਰਮਾ ਉਹ ਵੀ ਗੱਡੀ ਦੇ ਵਿੱਚ ਹੈਗੇ ਨੇ। ਤੁਸੀਂ ਦੇਖ ਸਕਦੇ ਹੋ ਕਿ ਯੁਵਰਾਜ ਹੰਸ ਹੁਣੀ ਘੋੜੀ ਦੇ ਉੱਪਰ ਚੜ੍ਹ ਕੇ ਰਿਸੈਪਸ਼ਨ ਪਾਰਟੀ ਜਿੱਥੇ ਹੈਗੀ ਆ ਉੱਥੋਂ ਤੱਕ ਜਾਣਗੇ। ਅਤੇ ਅੱਜ ਇਹ ਵਾਲਾ ਦਿਨ ਜਿਹੜਾ ਆ ਇਸ ਪਰਿਵਾਰ ਦੇ ਲਈ ਬੜਾ ਖੁਸ਼ੀਆਂ ਭਰਿਆ ਹੈ। ਘੋੜੀ ਦੇ ਉੱਪਰ ਚੜ੍ਹ ਗਏ ਨੇ, ਵੱਡੇ ਭਰਾ ਦੇ ਵੱਲੋਂ ਨੋਟ ਵਾਰੇ ਜਾ ਰਹੇ ਨੇ। ਜੋ ਪੰਜਾਬ ਦੀ ਰੈਤ ਹੈਗੀ ਆ, ਪੰਜਾਬ ਦੇ ਰੀਤੀ ਰਿਵਾਜ ਹੈਗੇ ਨੇ, ਘੋੜੀ ਦੇ ਉੱਪਰ ਦੁੱਲਾ ਚੜ੍ਹ ਕੇ ਜਾਂਦਾ ਆ, ਉਹ ਅੱਜ ਯੁਵਰਾਜ ਹੰਸ ਦਾ ਟਾਈਮ ਆ ਚੁੱਕਾ ਅਤੇ ਸਵੇਰੇ ਮੈਰਿਜ ਹੋ ਚੁੱਕੀ ਨੇ ਅਤੇ ਹੁਣ ਰਿਸੈਪਸ਼ਨ ਪਾਰਟੀ ਜਿਹੜੀ ਹੈ ਚੱਲਣ ਜਾ ਰਹੀ ਹੈ ਅਤੇ ਯੁਵਰਾਜ ਹੰਸ ਹੋਣੀ ਐਂਟਰ ਕਰਨ ਜਾ ਰਹੇ ਨੇ ਰਿਸੈਪਸ਼ਨ ਪਾਰਟੀ ਜਿੱਥੇ ਚੱਲੇਗੀ। ਤੁਸੀਂ ਦੇਖ ਸਕਦੇ ਹੋ ਕਿ ਬੜੇ ਖੁਸ਼ ਨਜ਼ਰ ਆ ਰਹੇ ਨੇ ਯੁਵਰਾਜ ਹੰਸ ਅਤੇ ਇਸ ਤੋਂ ਬਾਅਦ ਜਿਹੜਾ ਆ ਯੁਵਰਾਜ ਹੰਸ ਹੋਣੀ ਜਿੱਥੇ ਪਾਰਟੀ ਹੈ ਉੱਥੇ ਜਾਣਗੇ। ਜੱਦੀ ਪਿੰਡ ਦੇ ਵਿੱਚ ਇਹ ਸਾਰਾ ਸਮਾਗਮ ਹੰਸਰਾਜ ਹੰਸ ਦੇ ਜੱਦੀ ਪਿੰਡ ਦੇ ਵਿੱਚ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਕਿ ਯੁਵਰਾਜ ਹੰਸਾਨੀ ਘੋੜੀ ਦੇ ਉੱਪਰ ਚੜ੍ਹ ਕੇ ਹੁਣ ਸੈਪਸ਼ਨ ਪਾਰਟੀ ਤੱਕ ਜਾਣਗੇ। ਕੈਮਰਾਮੈਨ ਪਵਨ ਕਰਾਉਂਜੇ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ।
ਪਵਨ 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 ਪੰਜਾਬ ਦੇ ਪ੍ਰਸਿੱਧ ਐਕਟਰ ਅਤੇ ਸਿੰਗਰ ਯੁਵਰਾਜ ਹੰਸ ਦੀ ਅੱਜ ਰਿਸੈਪਸ਼ਨ ਪਾਰਟੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਭਰਾ ਕਿਵੇਂ ਖੁਸ਼ ਨੇ ਅਤੇ ਦੋਵੇਂ ਭਰਾ ਹੀ ਖੁਸ਼ੀ ਦੇ ਵਿੱਚ ਨੋਟ ਵਰਸਾ ਰਹੇ ਨੇ ਅਤੇ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦੀਆਂ ਖੁਸ਼ੀਆਂ ਜਿਹੜੀਆਂ ਨੇ ਅੱਜ ਚਾਹ ਖੁਸ਼ੀਆਂ ਦੇ ਚਾਹ ਜਿਹੜੇ ਆ ਸਾਂਭੇ ਨਹੀਂ ਜਾ ਰਹੇ। ਦੋਵੇਂ ਭਰਾਵਾਂ ਦੇ ਚਿਹਰੇ ਦੇ ਉੱਪਰ ਮੁੱਖ ਸੁਗਰਾਹਟ ਦੇਖ ਸਕਦੇ ਹੋ ਤੁਸੀਂ। ਘੋੜੀ ਦੇ ਉੱਪਰ ਯੁਵਰਾਜ ਹੰਸ ਹੁਣੀ ਚੜ੍ਹਨਗੇ, ਜਿਹੜੀ ਉਹਨਾਂ ਦੀ ਵਾਈਫ ਹੈਗੀ ਆ ਮਾਨਸੀ ਸ਼ਰਮਾ ਉਹ ਵੀ ਗੱਡੀ ਦੇ ਵਿੱਚ ਹੈਗੇ ਨੇ। ਤੁਸੀਂ ਦੇਖ ਸਕਦੇ ਹੋ ਕਿ ਯੁਵਰਾਜ ਹੰਸ ਹੁਣੀ ਘੋੜੀ ਦੇ ਉੱਪਰ ਚੜ੍ਹ ਕੇ ਰਿਸੈਪਸ਼ਨ ਪਾਰਟੀ ਜਿੱਥੇ ਹੈਗੀ ਜਾਣਗੇ। ਅਤੇ ਅੱਜ ਇਹ ਵਾਲਾ ਦਿਨ ਜਿਹੜਾ ਆ ਇਸ ਪਰਿਵਾਰ ਦੇ ਲਈ ਬੜਾ ਖੁਸ਼ੀਆਂ ਭਰਿਆ ਹੈ। ਘੋੜੀ ਦੇ ਉੱਪਰ ਚੜ੍ਹ ਗਏ ਨੇ, ਵੱਡੇ ਭਰਾ ਦੇ ਵੱਲੋਂ ਨੋਟ ਮਾਰੇ ਜਾ ਰਹੇ ਨੇ। ਜੋ ਪੰਜਾਬ ਦੀ ਰੈਤ ਹੈਗੀ ਆ, ਪੰਜਾਬ ਦੇ ਰੀਤੀ ਰਿਵਾਜ਼ ਹੈਗੇ ਨੇ, ਘੋੜੀ ਦੇ ਉੱਪਰ ਦੁੱਲਾ ਚੜ੍ਹ ਕੇ ਜਾਂਦਾ ਆ, ਉਹ ਅੱਜ ਯੁਵਰਾਜ ਹੰਸ ਦਾ ਟਾਈਮ ਆ ਚੁੱਕਾ ਆ ਅਤੇ ਸਵੇਰੇ ਮੈਰਿਜ ਹੋ ਚੁੱਕੀ ਨੇ ਅਤੇ ਹੁਣ ਰਿਸੈਪਸ਼ਨ ਪਾਰਟੀ ਜਿਹੜੀ ਹੈ ਚੱਲਣ ਜਾ ਰਹੀ ਹੈ ਅਤੇ ਯੁਵਰਾਜ ਹੰਸ ਹੁਣੀ ਐਂਟਰ ਕਰਨ ਜਾ ਰਹੇ ਨੇ ਰਿਸੈਪਸ਼ਨ ਪਾਰਟੀ ਜਿੱਥੇ ਚੱਲੇਗੀ। ਤੁਸੀਂ ਦੇਖ ਸਕਦੇ ਹੋ ਕਿ ਬੜੇ ਖੁਸ਼ ਨਜ਼ਰ ਆ ਰਹੇ ਨੇ ਯੁਵਰਾਜ ਹੰਸ ਅਤੇ ਇਸ ਤੋਂ ਬਾਅਦ ਜਿਹੜਾ ਆ ਯੁਵਰਾਜ ਹੰਸ ਹੁਣੀ ਜਿੱਥੇ ਪਾਰਟੀ ਹੈ ਉੱਥੇ ਜਾਣਗੇ। ਜੱਦੀ ਪਿੰਡ ਦੇ ਵਿੱਚ ਇਹ ਸਾਰਾ ਸਮਾਗਮ ਹੰਸਰਾਜ ਹੰਸ ਦੇ ਜੱਦੀ ਪਿੰਡ ਦੇ ਵਿੱਚ ਹੋ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਕਿ ਯੁਵਰਾਜ ਹੰਸ ਨੇ ਘੋੜੀ ਤੋਂ ਪਚੜ ਕੇ ਹੁਣ ਰਿਸੈਪਸ਼ਨ ਪਾਰਟੀ ਤੱਕ ਜਾਣਗੇ। ਕੈਮਰਾਮੈਨ ਪਵਨ ਕਰਾਉਜੇ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ।
ਸ੍ਰੀਕਾਲ ਜੀ, ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਤੇ। ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਅਪਡੇਟ ਯੁਵਰਾਜ ਤੇ ਮਾਨਸੀ ਦੇ ਵਿਆਹ ਦੀਆਂ। ਯੁਵਰਾਜ ਘੋੜੀ ਚੜ ਕੇ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਯੁਵਰਾਜ ਹੰਸ ਦੇ ਦੋਸਤ ਚੋਰਾਂ ਸ਼ੋਰਾਂ ਨਾਲ ਭੰਗੜਾ ਪਾ ਰਹੇ ਨੇ ਤੇ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਨੂੰ ਚਾਹ ਚੜਿਆ ਹੋਇਆ ਤੇ ਹੰਸਰਾਜ ਹੰਸ ਜਿਹੜੇ ਕਿ ਯੁਵਰਾਜ ਹੰਸ ਦੇ ਪਿਤਾ ਨੇ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਲੱਗ ਰਹੇ ਨੇ ਯੁਵਰਾਜ ਹੰਸ ਦੇ ਮਦਦ ਸਾਰੇ ਫੈਮਿਲੀ ਮੈਂਬਰ ਯਾਰ ਦੋਸਤ ਸਾਰੇ ਰੱਜ ਰੱਜ ਕੇ ਭੰਗੜਾ ਪਾ ਰਹੇ ਨੇ। ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਸਾਰਿਆਂ ਦੇ ਵਿੱਚ। ਯੁਵਰਾਜ ਹੰਸ ਘੋੜੀ ਚੜ੍ਹੇ ਬਹੁਤ ਖੁਸ਼ ਲੱਗ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਦੋਸਤਾਂ ਨੂੰ ਦੋਸਤ ਨੋਟ ਮਾਰ ਰਹੇ ਨੇ ਔਰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਭੈਣਾਂ ਨੂੰ, ਦੋਸਤਾਂ ਨੂੰ, ਭਰਾਵਾਂ ਨੂੰ, ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਅਤੇ ਹੋਰ ਵੀ ਲਾਈਵ ਅਪਡੇਟਸ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਦੈਨਿਕ ਸਵੇਰਾ ਟੀਵੀ ਦੇ ਉੱਤੇ। ਮਾਸਟਰ ਸਲੀਮ ਵੀ ਇੱਥੇ ਹੁਣੀ ਹੁਣੀ ਪਹੁੰਚ ਚੁੱਕੇ ਨੇ। ਮਾਸਟਰ ਸਲੀਮ ਅਤੇ ਹੰਸਰਾਜ ਹੰਸ ਉਹਨਾਂ ਦੇ ਜਿਹੜੇ ਗੁਰੂ ਨੇ ਪੂਰਨ ਸ਼ਾਹ ਕੋਟੀ ਜੀ, ਉਹਨਾਂ ਨੇ ਵੀ ਹੁਣੀ ਆ ਕੇ ਬਰਾਤੀਆਂ ਨੂੰ ਜੁਆਇਨ ਕੀਤਾ ਅਤੇ ਬਹੁਤ ਜ਼ਿਆਦਾ ਐਕਸਾਈਟਿਡ ਲੱਗ ਰਹੇ ਨੇ। ਮਾਸਟਰ ਸਲੀਮ ਉਹਨਾਂ ਦੇ ਪਿਤਾ ਜੀ ਜਿਹੜੇ ਕਿ ਹੰਸਰਾਜ ਹੰਸ ਜੀ ਦੇ ਗੁਰੂ ਨੇ, ਉਹਨਾਂ ਨੂੰ ਗੁਰੂ ਕਿਹਾ ਜਾਂਦਾ, ਉਹ ਵੀ ਹੁਣੀ ਇਸ ਗ੍ਰੈਂਡ ਵੈਡਿੰਗ ਦਾ ਹਿੱਸਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਅਤੇ ਅਸੀਂ ਹੋਰ ਲਾਈਵ ਅਪਡੇਟਸ ਤੁਹਾਨੂੰ ਦਿਖਾਉਂਦੇ ਰਹਾਂਗੇ ਦੈਨਿਕ ਸਵੇਰਾ ਟੀਵੀ ਦੇ ਉੱਤੇ। ਮੈਂ ਨਯਨ ਅਵਸਥੀ, ਕੈਮਰਾਮੈਨ ਪੰਕਜ ਦੇ ਨਾਲ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਹੁਣੀ ਸਾਡੇ ਵਿੱਚ ਇੱਥੇ ਪਹੁੰਚ ਚੁੱਕੇ ਨੇ ਮਾਸਟਰ ਸਲੀਮ ਜੀ। ਸਲੀਮ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਨਯਨ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਯੁਵਰਾਜ ਤੇ ਮਾਨਸੀ ਦੇ ਵਿਆਹ ਦੀਆਂ ਲਾਈਵ ਅਪਡੇਟਸ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਵਿੱਚ ਮਾਸਟਰ ਸਲੀਮ ਜੀ ਪਹੁੰਚ ਚੁੱਕੇ ਨੇ। ਸਲੀਮ ਜੀ ਕਿਵੇਂ ਦਾ ਲੱਗ ਰਿਹਾ? ਬਹੁਤ ਪਿਆਰਾ ਲੱਗ ਰਿਹਾ ਜੀ, ਸਾਡੇ ਮੁੰਡੇ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾਹ। ਕਿੰਨੀ ਕੁ ਐਕਸਾਈਟਮੈਂਟ ਹੈ? ਐਕਸਾਈਟਮੈਂਟ ਬਹੁਤ ਹੈ, ਖੁਸ਼ੀ ਬਹੁਤ ਹੈ। ਸਾਰੇ ਆਏ ਹੋਏ ਹਾਂ ਅਸੀਂ, ਸਾਰੇ ਕਲਾਕਾਰ ਜਿੰਨੇ ਵੀ ਉਹਦੇ ਯਾਰ ਦੋਸਤ ਮਿੱਤਰ, ਮੈਂ ਤਾਂ ਉਹਨਾਂ ਦੇ ਘਰ ਦਾ ਭਾਅ ਜੀ, ਮੇਰੇ ਭਰਾ ਨੇ ਹੰਸ ਭਾਅ ਜੀ, ਨਾਲੇ ਮੇਰੇ ਗੁਰੂ ਜੀ ਨੇ ਤੇ ਉਹਨਾਂ ਦੇ ਮੁੰਡੇ ਦੇ ਵਿਆਹ 'ਚ ਮੈਂ ਤਾਂ ਆਉਣਾ ਹੀ ਸੀ। ਸਲੀਮ ਜੀ ਬਹੁਤ ਜ਼ਿਆਦਾ ਐਕਸਾਈਟਮੈਂਟ ਲੱਗ ਰਿਹਾ। ਸਲੀਮ ਜੀ ਦੋ ਭੰਗੜੇ ਸਟੈਪ ਹੋ ਜਾਣ ਤੇ ਸੀ ਮਾਸਟਰ ਸਲੀਮ ਜੀ ਸਾਡੇ ਨਾਲ, ਜਿਨ੍ਹਾਂ ਨੇ ਗੱਲਬਾਤ ਕੀਤੀ, ਜਿਹੜੇ ਕਿ ਬਹੁਤ ਜ਼ਿਆਦਾ ਐਕਸਾਈਟਿਡ ਨਜ਼ਰ ਆ ਰਹੇ ਹੈ, ਉਹਨਾਂ ਦੀ ਐਨਰਜੀ ਦੇਖਦੇ ਹੀ ਬਣਦੀ ਹੈ ਤੇ ਤੁਸੀਂ ਹੋਰ ਲਾਈਵ ਅਪਡੇਟਸ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਮੈਂ ਨਯਨ ਅਵਸਥੀ, ਕੈਮਰਾਮੈਨ ਪੰਕਜ ਦੇ ਨਾਲ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। Thank you.
ਸ੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ। ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਅਪਡੇਟ ਯੁਵਰਾਜ ਤੇ ਮਾਨਸੀ ਦੇ ਵਿਆਹ ਦੀਆਂ। ਯੁਵਰਾਜ ਘੋੜੀ ਚੜ ਕੇ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਯੁਵਰਾਜ ਹੰਸ ਦੇ ਦੋਸਤ ਚੋਰਾਂ ਸ਼ੋਰਾਂ ਨਾਲ ਭੰਗੜਾ ਪਾ ਰਹੇ ਨੇ ਤੇ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਨੂੰ ਚਾਹ ਚੜਿਆ ਹੋਇਆ ਤੇ ਹੰਸ ਰਾਜ ਹੰਸ ਜਿਹੜੇ ਕਿ ਯੁਵਰਾਜ ਹੰਸ ਦੇ ਪਿਤਾ ਨੇ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਲੱਗ ਰਹੇ ਨੇ। ਯੁਵਰਾਜ ਹੰਸ ਦੇ ਮਦਦ ਸਾਰੇ ਫੈਮਿਲੀ ਮੈਂਬਰ ਯਾਰ ਦੋਸਤ ਸਾਰੇ ਰੱਜ ਰੱਜ ਕੇ ਭੰਗੜਾ ਪਾ ਰਹੇ ਨੇ। ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਸਾਰਿਆਂ ਦੇ ਵਿੱਚ। ਯੁਵਰਾਜ ਹੰਸ ਘੋੜੀ ਚੜ੍ਹੇ ਬਹੁਤ ਖੁਸ਼ ਲੱਗ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਦੋਸਤਾਂ ਨੂੰ, ਦੋਸਤ ਨੋਟ ਵਾਰ ਰਹੇ ਨੇ ਔਰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਭੈਣਾਂ ਨੂੰ, ਦੋਸਤਾਂ ਨੂੰ, ਭਰਾਵਾਂ ਨੂੰ, ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਅਤੇ ਹੋਰ ਵੀ ਲਾਈਵ ਅਪਡੇਟਸ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਦੈਨਿਕ ਸਵੇਰਾ ਟੀਵੀ ਦੇ ਉੱਤੇ। ਮਾਸਟਰ ਸਲੀਮ ਵੀ ਇੱਥੇ ਹੁਣੀ ਹੁਣੀ ਪਹੁੰਚ ਚੁੱਕੇ ਨੇ। ਮਾਸਟਰ ਸਲੀਮ ਅਤੇ ਹੰਸਰਾਜ ਹੰਸ ਉਹਨਾਂ ਦੇ ਜਿਹੜੇ ਗੁਰੂ ਨੇ ਪੂਰਨ ਸ਼ਾਹ ਕੋਟੀ ਜੀ, ਉਹਨਾਂ ਨੇ ਵੀ ਹੁਣੀ ਆ ਕੇ ਬਰਾਤੀਆਂ ਨੂੰ ਜੁਆਇਨ ਕੀਤਾ ਅਤੇ ਬਹੁਤ ਜ਼ਿਆਦਾ ਐਕਸਾਈਟਿਡ ਲੱਗ ਰਹੇ ਨੇ। ਮਾਸਟਰ ਸਲੀਮ ਉਹਨਾਂ ਦੇ ਪਿਤਾ ਜੀ ਜਿਹੜੇ ਕਿ ਹੰਸਰਾਜ ਹੰਸ ਜੀ ਦੇ ਗੁਰੂ ਨੇ, ਉਹਨਾਂ ਨੂੰ ਗੁਰੂ ਕਿਹਾ ਜਾਂਦਾ, ਉਹ ਵੀ ਹੁਣੀ ਇਸ ਗ੍ਰੈਂਡ ਵੈਡਿੰਗ ਦਾ ਹਿੱਸਾ ਬਣਨ ਲਈ ਇੱਥੇ ਪਹੁੰਚ ਚੁੱਕੇ ਨੇ ਅਤੇ ਅਸੀਂ ਹੋਰ ਲਾਈਵ ਅਪਡੇਟਸ ਤੁਹਾਨੂੰ ਦਿਖਾਉਂਦੇ ਰਹਾਂਗੇ ਦੈਨਿਕ ਸਵੇਰਾ ਟੀਵੀ ਦੇ ਉੱਤੇ। ਮੈਂ ਨਯਨ ਅਵਸਥੀ, ਕੈਮਰਾਮੈਨ ਪੰਕਜ ਦੇ ਨਾਲ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਨਯਨ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਯੁਵਰਾਜ ਤੇ ਮਾਨਸੀ ਦੇ ਵਿਆਹ ਦੀਆਂ ਲਾਈਵ ਅਪਡੇਟਸ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਵਿੱਚ ਮਾਸਟਰ ਸਲੀਮ ਜੀ ਪਹੁੰਚ ਚੁੱਕੇ ਨੇ। ਸਲੀਮ ਜੀ ਕਿਵੇਂ ਦਾ ਲੱਗ ਰਿਹਾ? ਬਹੁਤ ਪਿਆਰਾ ਲੱਗ ਰਿਹਾ ਜੀ, ਸਾਡੇ ਮੁੰਡੇ ਦਾ ਵਿਆਹ, ਸਾਨੂੰ ਗੋਡੇ ਗੋਡੇ ਚਾਹ। ਔਰ ਕਿੰਨੀ ਕੁ ਐਕਸਾਈਟਮੈਂਟ ਹੈ? ਐਕਸਾਈਟਮੈਂਟ ਬਹੁਤ ਹੈ, ਖੁਸ਼ੀ ਬਹੁਤ ਹੈ, ਸਾਰੇ ਆਏ ਹੋਏ ਹਾਂ ਅਸੀਂ, ਸਾਰੇ ਕਲਾਕਾਰ ਜਿੰਨੇ ਵੀ ਉਹਦੇ ਯਾਰ ਦੋਸਤ ਮਿੱਤਰ, ਮੈਂ ਤਾਂ ਉਹਨਾਂ ਦੇ ਘਰ ਦਾ ਭਾਅ ਜੀ, ਮੇਰੇ ਭਰਾ ਨੇ ਹੰਸ ਭਾਅ ਜੀ, ਨਾਲੇ ਮੇਰੇ ਗੁਰੂ ਜੀ ਨੇ ਤੇ ਉਹਨਾਂ ਦੇ ਮੁੰਡੇ ਦੇ ਵਿਆਹ 'ਚ ਮੈਂ ਤਾਂ ਆਉਣਾ ਹੀ ਸੀ। ਸਲੀਮ ਜੀ ਬਹੁਤ ਜ਼ਿਆਦਾ ਐਕਸਾਈਟਮੈਂਟ ਲੱਗ ਰਿਹਾ। ਸਲੀਮ ਜੀ ਦੋ ਭੰਗੜੇ ਦੇ ਸਟੈਪ ਹੋ ਜਾਣ ਤੇ ਸੀ। ਮਾਸਟਰ ਸਲੀਮ ਜੀ ਸਾਡੇ ਨਾਲ ਜਿਹਨਾਂ ਨੇ ਗੱਲਬਾਤ ਕੀਤੀ, ਜਿਹੜੇ ਕਿ ਬਹੁਤ ਜ਼ਿਆਦਾ ਐਕਸਾਈਟਿਡ ਨਜ਼ਰ ਆ ਰਹੇ ਹੈ, ਉਹਨਾਂ ਦੀ ਐਨਰਜੀ ਦੇਖਦੇ ਹੀ ਬਣਦੀ ਹੈ ਤੇ ਲਾਈਵ ਅਪਡੇਟਸ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਮੈਂ ਨਯਨ ਅਵਸਥੀ, ਕੈਮਰਾਮੈਨ ਪੰਕਜ ਦੇ ਨਾਲ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ।
देख रहे हो दैनिक सवेरा टीवी ते मैं तुहाड़े नाल नयन असीं तुहानूं दिखा रहे युवराज ते मानसी दे विआह दी लाइव अपडेट ते जिद्दां कि तुसीं पहलां देखिआ सी युवराज हंस घोड़ी ते चढ़ के जिहड़े अपनी जगह ते पहुंच चुके ने उत्थे अपने सोफे ते विराज चुके ने ते हुण मानसी नूं
ਜਿਹੜਾ ਕੀ ਹੈ ਬਿਲਕੁਲ ਹਿੰਦੂ ਰੀਤੀ ਰਿਵਾਜ਼ਾਂ ਨਾਲ ਬਿਲਕੁਲ ਲਿਆਇਆ ਜਾ ਰਿਹਾ ਉਹਨਾਂ ਦੇ ਭਰਾ ਮਾਨਸੀ ਦੇ ਭਰਾ ਉਹਨੂੰ ਲੈ ਕੇ ਆ ਰਹੇ ਨੇ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੀ ਬਿਲਕੁਲ ਬਾਜੇ ਗਾਜੇ ਨਾਲ ਮਾਨਸੀ ਨੂੰ ਲਿਆਇਆ ਜਾ ਰਿਹਾ ਇੱਦਾਂ ਦੀ ਹੋਰ ਅਪਡੇਟਸ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਮੈਂ ਨਯਨ ਅਵਸਥੀ ਕੈਮਰਾਮੈਨ ਪੰਕਜ ਦੇ ਨਾਲ ਦੈਨਿਕ ਸਵੇਰਾ ਟੀਵੀ ਜਲੰਧਰ ਤੋਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਨਯਨ ਅਸੀਂ ਤੁਹਾਨੂੰ ਦਿਖਾ ਰਹੇ ਯੁਵਰਾਜ ਤੇ ਮਾਨਸੀ ਦੇ ਵਿਆਹ ਦੀ ਲਾਈਵ ਅਪਡੇਟ ਤੇ ਜਿੱਦਾਂ ਕਿ ਤੁਸੀਂ ਪਹਿਲਾਂ ਦੇਖਿਆ ਸੀ ਯੁਵਰਾਜ ਹੰਸ ਘੋੜੀ ਤੇ ਚੜ੍ਹ ਕੇ ਜਿਹੜੇ ਆਪਣੀ ਜਗ੍ਹਾ ਤੇ ਪਹੁੰਚ ਚੁੱਕੇ ਨੇ ਉੱਥੇ ਆਪਣੇ ਸੋਫੇ ਤੇ ਵਿਰਾਜ ਚੁੱਕੇ ਨੇ ਤੇ ਹੁਣ ਮਾਨਸੀ ਨੂੰ ਜਿਹੜਾ ਕੀ ਹੈ ਬਿਲਕੁਲ ਹਿੰਦੂ ਰੀਤੀ ਰਿਵਾਜ਼ਾਂ ਨਾਲ ਬਿਲਕੁਲ ਲਿਆਇਆ ਜਾ ਰਿਹਾ ਉਹਨਾਂ ਦੇ ਭਰਾ ਮਾਨਸੀ ਦੇ ਭਰਾ ਉਹਨੂੰ ਲੈ ਕੇ ਆ ਰਹੇ ਨੇ ਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੀ ਬਿਲਕੁਲ ਬਾਜੇ ਗਾਜੇ ਨਾਲ ਮਾਨਸੀ ਨੂੰ ਲਿਆਇਆ ਜਾ ਰਿਹਾ ਇੱਦਾਂ ਦੀ ਹੋਰ ਅਪਡੇਟਸ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਮੈਂ ਨਯਨ ਅਵਸਥੀ ਕੈਮਰਾਮੈਨ ਪੰਕਜ ਦੇ ਨਾਲ ਦੈਨਿਕ ਸਵੇਰਾ ਟੀਵੀ ਜਲੰਧਰ ਤੋਂ ਜੀ ਤੁਸੀਂ Thank you.
दैनिक सवेरा टीवी ते मैं तुहाडे नाल नयन असीं तुहानूं दिखा रहे युवराज ते मानसी दे विआह दी लाइव अपडेट। ते जिद्दां कि तुसीं पहलां देखिआ सी युवराज हंस घोड़ी ते चढ़ के जिहड़े अपनी जगह ते पहुंच चुके ने उत्थे अपने सोफे ते विराज चुके ने ते हुण मानसी नूं जिहड़ा की है बिल्कुल हिंदू रीति रिवाजां नाल बिल्कुल लिया जा रहा उन्होंने भरा मानसी के भरा उन्होंने लैके आ रहे हैं। तो जिदा कि तुम देख सकते हो मेरे पिछे नहीं बिल्कुल बाजे गाजे नाल मानसी नूं लिया जा रहा है। इदा दी होर अपडेट्स लई तुसीं बने रहो दैनिक सवेरा टीवी दे नाल। मैं नयन अवस्थी कैमरामैन पंकज दे नाल दैनिक सवेरा टीवी जलंधर तो। हाँ जी बधाई हैं जी मेरे वालों यूवी वीरे नूं। सो एंड आई एम सो हैप्पी भाभी साड़ी एंड यूवी वीरा एंड उन्होंने सारे परिवार नूं नवराज वीरे नूं सारे नूं बहुत बहुत बधाई हैं। ते इट्स स्पेशल मोमेंट फॉर मी कि मैं उन्होंने वैडिंग ते आया जी। थैंक यू वेरी मच, थैंक्स अ लॉट। सत श्री अकाल जी, तुसीं देख रहे हो दैनिक सवेरा टीवी ते मैं तुहाडे नाल नयन ते असीं तुहानूं दे रहे हैं लाइव अपडेट युवराज हंस ते मानसी शर्मा दे विआह दीआं। ते इस वेले साडे नाल जुड़ चुके ने मधुसूदन जिहड़े कि जाने माने पंजाबी सिंगर ने ते युवराज हंस दे कॉलेज टाइम दे जिगरी दोस्त ने। इहनां दी दोस्ती दे किस्से बड़े मशहूर रहे ने। मधुसूदन जी स्वागत है तुहाडा दैनिक सवेरा टीवी ते। ते अज तुहाडे दोस्त दा विआह हो रिहा है, की कहना चाहोगे? कुछ नहीं, बस ओहदी मैरिड लाइफ खुश रहे, खुशियां भरी होवे लाइफ ओहदी। सो हुण एंजॉय करदे आं पहलां जाके। ਤੇ ਤੁਸੀਂ ਵੀ ਹੁਣ ਤੁਹਾਡਾ ਵੀ ਵਿਆਹ ਹੋ ਚੁੱਕਾ ਹੈ ਤੇ ਆਪਣੇ ਹੁਣੀ ਹੁਣੀ ਹੋ ਚੁੱਕਾ ਹੈ ਤੇ ਆਪਣੇ ਦੋਸਤ ਨੂੰ ਐਸਾ ਕਿਹੜਾ ਟਿਪ ਦੇਣਾ ਚਾਹੋਗੇ? ਟਿਪ ਤੇ ਹਾਲੇ ਤਾਂ ਮੇਰੀ ਆਪਣੀ ਸਟਾਰਟਿੰਗ ਆ। ਟਿਪ ਨਹੀਂ, ਕੋਈ ਕੇਅਰਿੰਗ ਆ, ਅੱਛਾ ਸਾਰਾ ਕੁਝ, ਦੱਸਣ ਦੀ ਲੋੜ ਨਹੀਂ ਉਹਨੂੰ। ਸੋ ਇਹ ਸੀ ਸਾਡੇ ਨਾਲ ਮਧੂਸੂਦਨ ਪੰਜਾਬੀ ਸਿੰਗਰ ਅਤੇ ਆਪਾਂ ਹੋਰ ਵੀ ਲਾਈਵ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਦੈਨਿਕ ਸਵੇਰਾ ਟੀਵੀ 'ਤੇ। ਅਤੇ ਮੈਂ ਨਯਨ ਅਵਸਥੀ ਕੈਮਰਾਮੈਨ ਪੰਕਜ ਦੇ ਨਾਲ ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। Oh,
ਪਹਿਲੇ ਹੀ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਸੀਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮੁਬਾਰਕ ਹੈ ਤੁਹਾਡੀ ਫਿਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਤੁਹਾਡੇ ਨਾਲ ਨਯਨ, ਅਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਲਾਈਵ ਅਪਡੇਟ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ। ਅਤੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਮਧੂਸੂਦਨ, ਜਿਹੜੇ ਕਿ ਜਾਣੇ ਮਾਨੇ ਪੰਜਾਬੀ ਸਿੰਗਰ ਨੇ ਅਤੇ ਯੁਵਰਾਜ ਹੰਸ ਦੇ ਕਾਲਜ ਟਾਈਮ ਦੇ ਜਿਗਰੀ ਦੋਸਤ ਨੇ। ਇਹਨਾਂ ਦੀ ਦੋਸਤੀ ਦੇ ਕਿੱਸੇ ਬੜੇ ਮਸ਼ਹੂਰ ਰਹੇ ਨੇ। ਮਧੂਸੂਦਨ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਅਤੇ ਅੱਜ ਤੁਹਾਡੇ ਦੋਸਤ ਦਾ ਵਿਆਹ ਹੋ ਰਿਹਾ, ਕੀ ਕਹਿਣਾ ਚਾਹੋਗੇ? ਕੁਛ ਨਹੀਂ, ਬਸ ਉਹਦੀ ਮੈਰਿਡ ਲਾਈਫ ਖੁਸ਼ ਰਹੇ, ਖੁਸ਼ੀਆਂ ਭਰੀ ਹੋਵੇ ਲਾਈਫ ਉਹਦੀ। ਸੋ ਹੁਣ ਇੰਜੋਏ ਕਰਦੇ ਹਾਂ ਪਹਿਲਾਂ ਜਾ ਕੇ। ਤੇ ਤੁਸੀਂ ਵੀ ਹੁਣ, ਤੁਹਾਡਾ ਵੀ ਵਿਆਹ ਹੋ ਚੁੱਕਾ ਹੈ ਤੇ ਆਪਣੇ ਹੁਣੀ ਹੁਣੀ ਹੋ ਚੁੱਕਾ ਹੈ, ਤੇ ਆਪਣੇ ਦੋਸਤ ਨੂੰ ਐਸਾ ਕਿਹੜਾ ਟਿਪ ਦੇਣਾ ਚਾਹੋਗੇ? ਟਿਪ ਤੇ ਹਾਲੇ ਤਾਂ ਮੇਰੀ ਆਪਣੀ ਸਟਾਰਟਿੰਗ ਆ। ਟਿਪ ਨਹੀਂ, ਕਈ ਕੇਅਰਿੰਗ ਆ, ਅੱਛਾ ਸਾਰਾ ਕੁਛ, ਦੱਸਣ ਦੀ ਲੋੜ ਨਹੀਂ ਉਹਨੂੰ। ਸੋ ਇਹ ਸੀ ਸਾਡੇ ਨਾਲ ਮਧੂਸੂਦਨ, ਪੰਜਾਬੀ ਸਿੰਗਰ, ਅਤੇ ਆਪਾਂ ਹੋਰ ਵੀ ਲਾਈਵ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਦੈਨਿਕ ਸਵੇਰਾ ਟੀਵੀ 'ਤੇ। ਅਤੇ ਮੈਂ ਨਯਨ ਅਵਸਥੀ, ਕੈਮਰਾਮੈਨ ਪੰਕਜ ਦੇ ਨਾਲ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ਹੇ ਬਾਬਾ।
ਪਹਿਲਾਂ ਹੀ ਬਹੁਤ ਵੱਡੇ ਪੈਗਾਮਾਂ ਦੇ ਦੋਸਤ ਦਾ ਲੋਕ ਸੀਗੇ।
देख रहे हो दैन हाँ जी बधाइया जी मेरे वालों यूवी वीरे नू सो एंड आई एम सो हैप्पी भाभी साड़ी एंड यूवी वीरा एंड उन्होंने सारे परिवार को नवराज वीरे नू सारे नू बहुत बहुत बधाइया ते स्पेशल मोमेंट फॉर मी कि मैं उन्होंने वैडिंग ते आया थैंक यू वेरी मच थैंक्स अ लॉट सत श्री अकाल जी तुसीं देख रहे हो दैनिक सवेरा टीवी ते मैं तुहाडे नाल नयन ते असीं तुहानूं दे रहे हां लाइव अपडेट युवराज हंस ते मानसी शर्मा दे विआह दीआं ते इस वेले साडे नाल जुड़ चुके ने मधुसूदन ਜਿਹੜੇ ਕਿ ਜਾਣੇ ਮਾਨੇ ਪੰਜਾਬੀ ਸਿੰਗਰ ਨੇ ਅਤੇ ਯੁਵਰਾਜ ਹੰਸ ਦੇ ਕਾਲਜ ਟਾਈਮ ਦੇ ਜਿਗਰੀ ਦੋਸਤ ਨੇ ਇਹਨਾਂ ਦੀ ਦੋਸਤੀ ਦੇ ਕਿੱਸੇ ਬੜੇ ਮਸ਼ਹੂਰ ਰਹੇ ਨੇ ਮਧੂਸੂਦਨ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ ਅਤੇ ਅੱਜ ਤੁਹਾਡੇ ਦੋਸਤ ਦਾ ਵਿਆਹ ਹੋ ਰਿਹਾ ਕੀ ਕਹਿਣਾ ਚਾਹੋਗੇ ਕੁਛ ਨਹੀਂ ਬਸ ਉਹਦੀ ਮੈਰਿਡ ਲਾਈਫ ਖੁਸ਼ ਰਹੇ ਖੁਸ਼ੀਆਂ ਭਰੀ ਹੋਵੇ ਲਾਈਫ ਉਹਦੀ ਸੋ ਹੁਣ ਇੰਜੋਏ ਕਰਦੇ ਹਾਂ ਪਹਿਲਾਂ ਜਾ ਕੇ ਅਤੇ ਤੁਸੀਂ ਵੀ ਹੁਣ ਤੁਹਾਡਾ ਵੀ ਵਿਆਹ ਹੋ ਚੁੱਕਾ ਅਤੇ ਆਪਣੇ ਹੁਣੀ ਹੁਣੀ ਹੋ ਚੁੱਕਾ ਅਤੇ ਆਪਣੇ ਦੋਸਤ ਨੂੰ ਐਸਾ ਕਿਹੜਾ ਟਿਪ ਦੇਣਾ ਚਾਹੋਗੇ ਟਿਪ ਤੇ ਹਾਲੇ ਤਾਂ ਮੇਰੀ ਆਪਣੀ ਸਟਾਰਟਿੰਗ ਆ ਟਿਪ ਨਹੀਂ ਫਿਰ ਕੇਅਰਿੰਗ ਆ ਅੱਛਾ ਸਾਰਾ ਕੁਛ ਦੱਸਣ ਦੀ ਲੋੜ ਨਹੀਂ ਉਹਨੂੰ
ਸੋ ਇਹ ਸੀ ਸਾਡੇ ਨਾਲ ਮਧੂਸੂਦਨ ਪੰਜਾਬੀ ਸਿੰਗਰ ਅਤੇ ਆਪਾਂ ਹੋਰ ਵੀ ਲਾਈਵ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਦੈਨਿਕ ਸਵੇਰਾ ਟੀ ਵੀ 'ਤੇ ਅਤੇ ਮੈਂ ਨਯਨ ਅਵਸਥੀ ਕੈਮਰਾਮੈਨ ਪੰਕਜ ਦੇ ਨਾਲ ਦੈਨਿਕ ਸਵੇਰਾ ਟੀ ਵੀ ਜਲੰਧਰ ਤੋਂ। ਅੱਜ ਦਾ ਰੋਜ਼
ਸਕਦੇ। Thank you.
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ, ਇਸ ਜੋੜੀ ਨੂੰ ਬਹੁਤ ਤਰੱਕੀਆਂ ਦੇਵੇ। Thank you.
नवराज की फरमाइश है, विभिन्न नवराज की फरमाइश है। मैं इनके सजना नवराजी तेरे नाम ही पेशे करूँगा। Yeah.
Yeah.
I'm not gonna lie.
Thank you.
बिलकुल बिलकुल बीनू भाजी आए ने बीनू भाजी वास्ता हो प्लीज भाई साहब इन्ने बिजी शेड्यूल चो आए हो कितना लग रहा है छोटे भरा का विआह जी कोई जो भरा होंगे तो कोई शेड्यूल नहीं होंगे जी गॉड ब्लैस हिम बहुत वधिया लग रहा साडे भरा का विआह बाबा उन्हें चढ़ने गल रखे साडे नाल गगन कोकरी जी भी है कोकरी साहब किवें लग रहा जलंधर च आ गए युवराज हंस दी रिसेप्शन पार्टी ही इज अ वेरी गुड फ्रेंड ऑफ माइन ते मैनू बहुत ही वधिया एंड दिलों खुशी आ यूवी दे विआह दी असीं शूट कर रहे सी ते उहदियां गल्लां हमेशा विआह दियां हुंदियां सी राय लव हिम सो मच एंड कांग्रेचुलेशन टू ऑल हंस फैमिली सर तुसीं कोल होवो एक कलाम ना होवे ए नाइंसाफी हो जूगी भाजी दे नाम ते दिलानु मिला शादी है आज मेरे यार की शादी है शादी है मेरे युवराज की शादी है आज मेरे यार की शादी है आज युवराज की शादी है सारे संसार की शादी है आज युवराज की शादी है नैना दे नैना दे हर्फ पढ़ावा किवें दिल ते दिल ते लिखिया वखावा किवें इना सोचा विच रहना दिल नू अक्सर कहना जेड़ी इश्क च चल दी है ओदे रंग विच टल दी है ओ नब्ज पछाणे ना मेरा पीर जाने मेरी पीर ओ जाने ना ਮੇਲੇ ਲੱਗੇ ਹੋਏ ਨੇ
युवराज हंस की रिसेप्शन के उपर। सर बहुत बहुत धन्यवाद, बहुत बहुत मुबारक सारी टीम नूं। तुहाडे दिल के बहुत करीब है, मैनूं पता युवराज मेरे दिल के इस करके करीब ने, वो मेरे भरा ने छोटे। युवराज भी मेरा भरा है, नवराज भी मेरा भरा है, क्योंकि जेडे हंसराज हंस जी ने वो मेरे भरा भी ने। ये मेरे भतीजे भी लगते हैं, मेरे भरा भी लगते हैं, भतीजे इदा लगते हैं वो मेरे भरा ने, तो ये भरा मेरे इदा लगते हैं कि वो मेरे गुरु जी ने, हंसराज हंस जी मेरे गुरु जी ने। सलीम तो नवराज एक बराबर आ, वो तो भी वे भरा मानते हैं। मैं भाई उन्होंने पूछ लिया कि तुम की गिफ्ट देना, कहते मैं वर्ल्ड टूर स्पॉन्सर करूँगा जी, थोड़े वालों की गिफ्ट अज? मेरे वालों भी इदा का ही कुछ, जो कहूगा उन्होंने दे देंगे, जो कहूगा दे देंगे। कोई वैसे उन्होंने आप न बहुत कमी नहीं है, क्योंकि उन्हें बहुत कुछ आप ही कमा लिया, इन्ना कुछ उन्हें कमाया। तो साढ़े इस जोड़ी के अगे साढ़े सारे गिफ्ट बहुत छोटे ने, जो सानू हुक्म लाऊगा असीं करांगे, है ना। धन्यवाद। बिनो ढिल्लों साहब भी अपने बिजी शड्यूल दे विचों आए ने, सारे कलाकार जिहड़े ने इत्थे गलबात कर रहे ने। सर युवराज लई की गिफ्ट आ फिर अज दी? भाई सारा कुछ ही, उह तां छोटा भरा है, छोटे जदों छोटा भरा कह दो ना फिर कुछ भी लुकोया नहीं रहिंदा, है ना, सारी जिंदगी उहदे नाल भाई गल ही नहीं कोई। वाहिगुरू कृपा करन, एंड बहुत वधिया लगदा उहनूं खुश देख के, अज इन्ना ज्यादा खुश है ना साडा भरा। ਵਾਹਿਗੁਰੂ ਸਾਰੀਆਂ ਖੁਸ਼ੀਆਂ ਉਹਨੂੰ ਦੇਣ ਸਾਡੇ ਭਰਾ ਨੂੰ। ਧੰਨਵਾਦ, ਧੰਨਵਾਦ ਗੱਲਬਾਤ ਕਰਨ ਲਈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਰਿਸੈਪਸ਼ਨ ਪਾਰਟੀ ਦੇ ਉੱਪਰ ਰੌਣਕਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ। ਗਗਨ ਕੁੱਕਰੀ ਸਾਹਿਬ ਵੀ ਕਹਿਣਾ ਚਾਹੁੰਦੇ ਨੇ, ਕੁੱਕਰੀ ਸਾਹਿਬ ਤੁਹਾਡਾ ਗਾਣਾ ਨਹੀਂ, ਗਾਣਾ ਜ਼ਰੂਰ ਸੁਣਨਾ ਤੁਹਾਡਾ ਮੈਂ। ਯੂ ਵੀ ਵੀਰਾ ਉਹਨਾਂ ਨੇ ਵੀ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਹੰਸਰਾਜ ਹੰਸ ਦੀ ਕਰਕੇ ਆ ਸਾਰਾ ਕੁਛ, ਕਿਉਂਕਿ ਦੋ ਬਹੁਤ ਕਮਾਇਆ ਬਾਪੂ ਨੇ, ਉਹ ਮੈਨੂੰ ਸ਼ੌਂਕੀ ਵੀ ਬਣਾਇਆ ਬਾਪੂ ਨੇ, ਆਪੇ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ, ਮੈਨੂੰ ਕਾਲਜ ਚ ਲਾਇਆ ਬਾਪੂ ਨੇ, ਹੋ ਕਾਲਜ ਚ ਲਾਇਆ ਬਾਪੂ ਨੇ। ਸਾਰੀ ਜ਼ਿੰਦਗੀ ਹੀ ਫੋੜਿਓ ਨੇ ਹੱਕਿਆ, ਉਹ ਸਾਰੀ ਜ਼ਿੰਦਗੀ ਹੀ ਫੋੜਿਓ ਨੇ ਹੱਕਿਆ, ਉਹ ਨਾ ਹੀ ਥੱਕਿਆ ਉਹ ਮਰ ਮਰ ਕੇ। ਉਹ ਜੱਟ ਸਲੀਮ ਬਾਈ ਓਡੀਆਂ ਚ ਘੁੰਮਦਾ ਫਿਰੇ, ਇੱਕ ਬਾਪੂ ਵਾਲੇ ਹੋਰ ਕਰਕੇ, ਬਾਈ ਰੇਂਜ ਰੋਵਰਾਂ ਚ ਘੁੰਮਦਾ ਫਿਰੇ, ਇੱਕ ਬਾਪੂ ਵਾਲੇ ਫੋੜ ਕਰਕੇ। ਰਿਸੈਪਸ਼ਨ ਪਾਰਟੀ ਦੇ ਉੱਪਰ ਰੌਣਕਾਂ ਲੱਗੀਆਂ ਹੋਈਆਂ ਨੇ, ਬਿਨੋ ਢਿੱਲੋਂ ਆਏ ਹੋਏ ਨੇ, ਸਲੀਮ ਮਾਸਟਰ ਸਲੀਮ, ਨਵਰਾਜ ਹੰਸ, ਗਗਨ ਕੁੱਕਰੀ ਜੀ ਨੇ, ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਬੜਕ ਮਾਰ ਕੇ ਦਿਖਾ ਦੇਵੇ, ਸਾਡੇ ਮੁੰਡੇ ਦਾ ਵਿਆਹ, ਬੜਕਾਂ ਦਾ ਆਪਣੇ ਆਪ ਹੀ ਨਿਕਲੀ ਜਾਂਦੀਆਂ। ਇੰਜੋਏ ਕਰ ਰਹੇ ਹੋ? ਬਿਲਕੁਲ ਬਿਲਕੁਲ, ਬੀਨੂ ਭਾਜੀ ਆਏ ਨੇ, ਬੀਨੂ ਭਾਜੀ ਨਾਲ ਬਾ ਵਾਸਤਾ ਹੋ ਪਲੀਜ਼। ਭਾਈ ਸਾਹਿਬ ਇੰਨੇ ਬਿਜ਼ੀ ਸ਼ਡਿਊਲ 'ਚ ਆਏ ਹੋ, ਕਿੱਦਾਂ ਲੱਗ ਰਿਹਾ? ਸਰ ਛੋਟੇ ਭਰਾ ਦਾ ਵਿਆਹ ਜੀ, ਕੋਈ ਜਦੋਂ ਭਰਾ ਹੁੰਦਾ ਤਾਂ ਕੋਈ ਸ਼ਡਿਊਲ ਨਹੀਂ ਹੁੰਦਾ ਜੀ, ਗੋਡ ਬਲੈਸ ਹਿਮ, ਬਹੁਤ ਵਧੀਆ ਲੱਗ ਰਿਹਾ। ਸਾਡੇ ਭਰਾ ਦਾ ਵਿਆਹ, ਬਾਬਾ ਉਹਨੂੰ ਚੜ੍ਹਦੀਆਂ ਗੱਲਾਂ 'ਚ ਰੱਖੇ। ਸਾਡੇ ਨਾਲ ਗਗਨ ਕੋਕਰੀ ਜੀ ਵੀ ਹੈਗੇ, ਕੋਕਰੀ ਸਾਹਿਬ ਕਿਵੇਂ ਦਾ ਲੱਗ ਰਿਹਾ ਜਲੰਧਰ 'ਚ ਆ ਕੇ ਯੁਵਰਾਜ ਹੰਸ ਦੀ ਰਿਸੈਪਸ਼ਨ ਪਾਰਟੀ? ਬਾਈ ਇਜ਼ ਅ ਵੈਰੀ ਗੁੱਡ ਫਰੈਂਡ ਆਫ ਮਾਈਨ, ਤੇ ਮੈਨੂੰ ਬਹੁਤ ਹੀ ਵਧੀਆ ਐਂਡ ਦਿਲੋਂ ਖੁਸ਼ੀ ਆ ਯੂਵੀ ਦੇ ਵਿਆਹ ਦੀ। ਅਸੀਂ ਸ਼ੂਟ ਕਰ ਰਹੇ ਸੀ ਤੇ ਉਹਦੀਆਂ ਗੱਲਾਂ ਹਮੇਸ਼ਾ ਵਿਆਹ ਦੀਆਂ ਹੁੰਦੀਆਂ ਸੀ। ਰਾਏ ਲਵ ਇਨ ਸੋ ਮਚ ਐਂਡ ਕੰਗ੍ਰੈਚੁਲੇਸ਼ਨ ਟੂ ਆਲ ਹੰਸ ਫੈਮਿਲੀ। ਸਰ ਤੁਸੀਂ ਕੋਲ ਹੋਵੋ, ਇੱਕ ਕਲਾਮ ਨਾ ਹੋਵੇ ਇਹ ਨਾ ਇਨਸਾਫੀ ਹੋ ਜੂਗੀ ਭਾਜੀ ਦੇ ਨਾਮ ਤੇ। ਦਿਲਾਂ ਨੂੰ ਮਿਲਾ ਸ਼ਾਦੀ ਹੈ, ਅੱਜ ਮੇਰੇ ਯਾਰ ਕੀ ਸ਼ਾਦੀ ਹੈ, ਯਾਰ ਕੀ ਸ਼ਾਦੀ ਹੈ, ਮੇਰੇ ਯੁਵਰਾਜ ਕੀ ਸ਼ਾਦੀ ਹੈ, ਅੱਜ ਮੇਰੇ ਯਾਰ ਕੀ ਸ਼ਾਦੀ ਹੈ, ਅੱਜ ਯੁਵਰਾਜ ਕੀ ਸ਼ਾਦੀ ਹੈ, ਸਾਰੇ ਸੰਸਾਰ ਕੀ ਸ਼ਾਦੀ ਹੈ, ਅੱਜ ਯੁਵਰਾਜ ਕੀ ਸ਼ਾਦੀ ਹੈ। ਮੈਂ ਉਹ ਗੀਤ ਨਹੀਂ ਸੁਣਨਾ ਭੁੱਲੂਗਾ ਜਿਹੜਾ ਪਹਿਲੀ ਵਾਰੀ ਤੁਹਾਡੇ ਗੀਤ ਦੇ ਉੱਪਰ ਡੈਬਿਊ ਕੀਤਾ ਸੀਗਾ, ਉਹ ਜ਼ਰੂਰ ਸੁਣਾ ਦਿਓ। ਐਕਚੁਅਲੀ ਨਾ ਮਾਹੌਲ ਸਾਰੰਗ ਦਾ ਬਣਿਆ ਹੋਇਆ, ਤੇ ਕੋਈ ਨਹੀਂ ਵਿੱਚ ਅਲਾਪ ਵੀ ਲੈ ਕੇ ਆਉਂਦੇ। ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ, ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ, ਜਿਹੜੀ ਇਸ਼ਕ 'ਚ ਚੱਲਦੀ ਹੈ ਉਹਦੇ ਰੰਗ ਵਿੱਚ ਢਲਦੀ ਹੈ, ਉਹ ਨਬਜ਼ ਪਛਾਣੇ ਨਾ ਮੇਰਾ ਪੀਰ, ਜਾਣੇ ਮੇਰੀ ਪੀਰ, ਉਹ ਜਾਣੇ ਨਾ, ਮੇਲੇ ਲੱਗੇ ਹੋਏ ਨੇ। ਯੁਵਰਾਜ ਹੰਸ ਦੀ
रिसेप्शन के उपर सर बहुत बहुत धन्यवाद ते बहुत बहुत मुबारक सारी टीम नू तोड़े दिल दे बहुत करीब है मैनू पता युवराज मेरे दिल दे इस करके करीब ने वो मेरे भरा ने छोटे युवराज भी मेरा भरा है नवराज भी मेरा भरा है क्योंकि जेडे हंसराज हंस जी ने वो मेरे भरा भी ने ये मेरे भतीजे भी लगते हैं मेरे भरा भी लगते हैं भतीजे इदा लगते हैं वो मेरे भरा ने ते ये भरा मेरे इदा लगते हैं कि वो मेरे गुरु जी ने हंसराज हंस जी मेरे गुरु जी ने सलीम ते नवराज एक बराबर आ वो तुहानू भी वड्डे भरा मानते हैं मैं भाई उन्होंने पूछ लिया कि तुसी की गिफ्ट देना कहिंदे मैं वर्ल्ड टूर स्पॉन्सर करूंगा तुहाडे वल्लों की गिफ्ट अज मेरे वल्लों भी इदा का ही कुछ जो कहूगा उन्होंने दे देंगे जो कहूगा दे देंगे कोई वैसे उन्होंने आप नू बहुत कमी नहीं है क्योंकि उन्हें बहुत कुछ आपे ही कमा लिया इन्ना कुछ उन्हें कमाया ते साडे इस जोड़ी दे अगे साडे सारे गिफ्ट बहुत छोटे ने जो सानू हुक्म लाऊगा असीं ओह करांगे है ना धन्यवाद बिनो ढिल्लो साहब भी अपने बिजी शेड्यूल दे विचों आए ने सारे कलाकार जिहड़े ने इत्थे गलबात कर रहे ने सर युवराज लई की गिफ्ट आ फिर अज जिहड़ी भाई सारा कुछ ही उहदा छोटा भरा है छोटे जदों छोटा भरा कह दो ना फिर कुछ भी लगोया नहीं रहना है ना सारी जिंदगी वो नवा बई गल ही नहीं कोई वाहगुरु कृपा करन एंड बहुत वधिया लगता उन्हें खुश देख के अज इन्ना ज्यादा खुश है ना साडा भरा वाहगुरु सारिया खुशियां उन्हें देन साडे भरा धन्यवाद धन्यवाद गलबात करन लई सारयां नूं बहुत बहुत मुबारक है सो रिसेप्शन पार्टी के उपर रौनकां जिहड़ियां ने लगियां होईयां ने गगन कुकरी साहब भी कहना चाहते हैं कुकरी साहब तुहाडा गाणा नहीं गाणा जरूर सुना तुहाडा मैं यूवी वीरा उन्होंने भी देखो सारिया चीज़ा जिहड़ियां वा हंसराज हंस जी करके सारा कुछ क्योंकि हो बहुत कमाया बापू ने ओ मैनू शौकी भी बनाया बापू ने आप अठवीं ना कीतियां सी पूरियां मैनू कॉलेज चलाया बापू ने हो कॉलेज चलाया बापू ने सारी जिंदगी ही फोड़िया उन्हें हकिया ओ सारी जिंदगी ही फोड़िया उन्हें हकिया ओ ना ही थकिया ओ मर मर के ओ जट सलीम भाई ओडियां च घूमदा फिरे एक बापू वाले होर करके भाई रेंज रोवरां च घूमदा फिरे एक बापू वाले फोड़ करके थैंक यू धन्यवाद सो रिसेप्शन के उपर रौनकां लगियां होईयां ने तुसीं देख सकते हो कि चारे पासे माहौल जिहड़ा आ बहुत वधिया खुशनुमा माहौल बनिया होया है कई कलाकार इत्थे आए ने अते कई सूफी सिंगर जिहड़े ने इत्थे गा के सारे लोगों का मनोरंजन कर रहे ने ते युवराज हंस अपने मैरी रिसेप्शन जिहड़ी है फुल इंजॉय कर रहे हैं कैमरामैन पवन कनौजिया के नाल मनदीप सिंह दैनिक सवेरा टीवी जलंधर बहुत बहुत मुबारक मेरे फिर तो मेरा छोटा भी नवराज भी एक बार फिर बड़ी फरमाइश सी जोरों जोरी जान रही है पेश
Thank you.
ਰਿਸੈਪਸ਼ਨ ਪਾਰਟ ਦੇ ਉੱਪਰ ਰੌਣਕਾਂ ਲੱਗੀਆਂ ਹੋਈਆਂ ਨੇ। ਬਿਨੋ ਢਿੱਲੋਂ ਆਏ ਹੋਏ ਨੇ, ਸਲੀਮ ਮਾਸਟਰ ਸਲੀਮ, ਨਵਰਾਜ, ਹੰਸ, ਗਗਨ ਕੋਕਰੀ ਜੀ ਨੇ, ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਬੜਕ ਮਾਰ ਕੇ ਦਿਖਾ ਦੇਵੇ, ਸਾਡੇ ਮੁੰਡੇ ਦਾ ਵਿਆਹ, ਬੜਕਾਂ ਦਾ ਆਪਣੇ ਆਪ ਹੀ ਨਿਕਲੀ ਜਾਂਦੀਆਂ। ਇੰਜੋਏ ਕਰ ਰਹੇ ਹੋ? ਬਿਲਕੁਲ ਬਿਲਕੁਲ, ਬੀਨੂ ਭਾਜੀ ਆਏ ਨੇ, ਬੀਨੂ ਭਾਜੀ ਨਾਲ ਬਾਵਸਤਾ ਹੋ ਪਲੀਜ਼। ਭਾਈ ਸਾਹਿਬ ਇੰਨੇ ਬਿਜ਼ੀ ਸ਼ਡਿਊਲ 'ਚ ਆਏ ਹੋ, ਕਿੱਦਾਂ ਲੱਗ ਰਿਹਾ ਹੈ? ਸਰ ਛੋਟੇ ਭਰਾ ਦਾ ਵਿਆਹ ਜੀ, ਕੋਈ ਜਦੋਂ ਭਰਾ ਹੁੰਦਾ ਤਾਂ ਕੋਈ ਸ਼ਡਿਊਲ ਨਹੀਂ ਹੁੰਦਾ ਜੀ। ਗੋਡ ਬਲੈਸ ਹਿਮ, ਬਹੁਤ ਵਧੀਆ ਲੱਗ ਰਿਹਾ ਸਾਡੇ ਭਰਾ ਦਾ ਵਿਆਹ, ਬਾਬਾ ਉਹਨੂੰ ਚੜ੍ਹਦੀ ਅਗਲਾ 'ਚ ਰੱਖੇ। ਸਾਡੇ ਨਾਲ ਗਗਨ ਕੋਕਰੀ ਜੀ ਵੀ ਹੈਗੇ। ਕੋਕਰੀ ਸਾਹਿਬ ਕਿਵੇਂ ਦਾ ਲੱਗ ਰਿਹਾ ਜਲੰਧਰ 'ਚ ਆ ਕੇ ਯੁਵਰਾਜ ਹੰਸ ਦੀ ਰਿਸੈਪਸ਼ਨ ਪਾਰਟੀ? ਹੀ ਇਜ਼ ਅ ਵੈਰੀ ਗੁੱਡ ਫਰੈਂਡ ਆਫ ਮਾਈਨ, ਤੇ ਮੈਨੂੰ ਬਹੁਤ ਹੀ ਵਧੀਆ ਐਂਡ ਦਿਲੋਂ ਖੁਸ਼ੀ ਆ ਯੂਵੀ ਦੇ ਵਿਆਹ ਦੀ। ਅਸੀਂ ਸ਼ੂਟ ਕਰ ਰਹੇ ਸੀ ਤੇ ਉਹਦੀਆਂ ਗੱਲਾਂ ਹਮੇਸ਼ਾ ਵਿਆਹ ਦੀਆਂ ਹੀ ਹੁੰਦੀਆਂ ਸੀ। ਐਂਡ ਆਈ ਲਵ ਹਿਮ ਸੋ ਮਚ ਐਂਡ ਕੰਗ੍ਰੈਚੁਲੇਸ਼ਨ ਟੂ ਆਲ ਹੰਸ ਫੈਮਿਲੀ। ਸਰ ਤੁਸੀਂ ਕੋਲ ਹੋਵੋ, ਇੱਕ ਕਲਾਮ ਨਾ ਹੋਵੇ, ਇਹ ਨਾ ਇਨਸਾਫੀ ਹੋ ਜੂਗੀ ਭਾਜੀ ਦੇ ਨਾਮ ਤੇ। ਦਿਲਾਂ ਨੂੰ ਦਿਲਾਂ ਆਜ਼ਾਦੀ ਹੈ, ਅੱਜ ਮੇਰੇ ਯਾਰ ਕੀ ਸ਼ਾਦੀ ਹੈ, ਯਾਰ ਕੀ ਸ਼ਾਦੀ ਹੈ, ਮੇਰੇ ਯੁਵਰਾਜ ਕੀ ਸ਼ਾਦੀ ਹੈ, ਅੱਜ ਮੇਰੇ ਯਾਰ ਕੀ ਸ਼ਾਦੀ ਹੈ, ਅੱਜ ਯੁਵਰਾਜ ਕੀ ਸ਼ਾਦੀ ਹੈ, ਸਾਰੇ ਸੰਸਾਰ ਕੀ ਸ਼ਾਦੀ ਹੈ, ਅੱਜ ਯੁਵਰਾਜ ਕੀ ਸ਼ਾਦੀ ਹੈ। ਮੈਂ ਉਹ ਗੀਤ ਨਹੀਂ ਸੁਣਨਾ ਭੁੱਲੂਗਾ ਜਿਹੜਾ ਪਹਿਲੀ ਵਾਰੀ ਤੁਹਾਡੇ ਗੀਤ ਦੇ ਉੱਪਰ ਡੈਬਿਊ ਕੀਤਾ ਸੀਗਾ, ਉਹ ਜ਼ਰੂਰ ਸੁਣਾ ਦਿਓ। ਐਕਚੁਅਲੀ ਨਾ ਮਾਹੌਲ ਸਾਰੰਗ ਦਾ ਬਣਿਆ ਹੋਇਆ ਤੇ ਕੋਈ ਨਹੀਂ, ਵਿੱਚ ਅਲਾਪ ਵੀ ਲੈ ਕੇ ਆਉਂਦੇ। ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ, ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ, ਜਿਹੜੀ ਇਸ਼ਕ 'ਚ ਚੱਲਦੀ ਏ ਉਹਦੇ ਰੰਗ ਵਿੱਚ ਢਲਦੀ ਏ, ਉਹ ਨਬਜ਼ ਪਛਾਣੇ ਨਾ ਮੇਰਾ ਪੀਰ, ਜਾਣੇ ਮੇਰੀ ਪੀਰ, ਉਹ ਜਾਣੇ ਨਾ, ਮੇਲੇ ਲੱਗੇ ਹੋਏ ਨੇ ਯੁਵਰਾਜ ਹੰਸ ਦੀ ਰਿਸੈਪਸ਼ਨ ਦੇ ਉੱਪਰ। ਸਰ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ, ਤੁਹਾਡੇ ਦਿਲ ਦੇ ਬਹੁਤ ਕਰੀਬ ਆ ਮੈਨੂੰ ਪਤਾ ਯੁਵਰਾਜ। ਮੇਰੇ ਦਿਲ ਦੇ ਇਸ ਕਰਕੇ ਕਰੀਬ ਨੇ, ਉਹ ਮੇਰੇ ਭਰਾ ਨੇ ਛੋਟੇ, ਯੁਵਰਾਜ ਵੀ ਮੇਰਾ ਭਰਾ ਹੈ, ਨਵਰਾਜ ਵੀ ਮੇਰਾ ਭਰਾ ਹੈ, ਕਿਉਂਕਿ ਜਿਹੜੇ ਹੰਸਰਾਜ ਹੰਸ ਜੀ ਨੇ ਉਹ ਮੇਰੇ ਭਰਾ ਵੀ ਨੇ, ਇਹ ਮੇਰੇ ਭਤੀਜੇ ਵੀ ਲੱਗਦੇ ਆ, ਮੇਰੇ ਭਰਾ ਵੀ ਲੱਗਦੇ ਆ, ਭਤੀਜੇ ਇੱਦਾਂ ਲੱਗਦੇ ਆ ਉਹ ਮੇਰੇ ਭਰਾ ਨੇ, ਤੇ ਇਹ ਭਰਾ ਮੇਰੇ ਇੱਦਾਂ ਲੱਗਦੇ ਆ ਕਿ ਉਹ ਮੇਰੇ ਗੁਰੂ ਜੀ ਨੇ, ਹੰਸਰਾਜ ਹੰਸ ਜੀ ਮੇਰੇ ਗੁਰੂ ਜੀ ਨੇ। ਯੁਵਰਾਜ ਲਈ ਸਲੀਮ ਤੇ ਨਵਰਾਜ ਇੱਕ ਬਰਾਬਰ ਆ, ਉਹ ਤੁਹਾਨੂੰ ਵੀ ਵੱਡੇ ਭਰਾ ਮੰਨਦੇ ਆ। ਮੈਂ ਭਾਈ ਉਹਨਾਂ ਨੂੰ ਪੁੱਛ ਲਿਆ ਕਿ ਤੁਸੀਂ ਕੀ ਗਿਫਟ ਦੇਣਾ, ਕਹਿੰਦੇ ਮੈਂ ਵਰਲਡ ਟੂਰ ਸਪਾਂਸਰ ਕਰੂੰਗਾ ਜੀ, ਤੁਹਾਡੇ ਵੱਲੋਂ ਕੀ ਗਿਫਟ ਅੱਜ? ਮੇਰੇ ਵੱਲੋਂ ਵੀ ਇਦਾਂ ਦਾ ਹੀ ਕੁਝ, ਜੋ ਕਹੂਗਾ ਉਹਨੂੰ ਦੇ ਦਾਂਗੇ, ਜੋ ਕਹੂਗਾ ਦੇ ਦਾਂਗੇ। ਕੋਈ ਵੈਸੇ ਉਹਨੂੰ ਆਪ ਨੂੰ ਬਹੁਤ ਕਮੀ ਨਹੀਂ ਹੈ, ਕਿਉਂਕਿ ਉਹਨੇ ਬਹੁਤ ਕੁਛ ਆਪੇ ਹੀ ਕਮਾ ਲਿਆ, ਇੰਨਾ ਕੁਛ ਉਹਨੇ ਕਮਾਇਆ, ਤੇ ਸਾਡੇ ਇਸ ਜੋੜੀ ਦੇ ਅੱਗੇ ਸਾਡੇ ਸਾਰੇ ਗਿਫਟ ਬਹੁਤ ਛੋਟੇ ਨੇ, ਜੋ ਸਾਨੂੰ ਹੁਕਮ ਲਾਊਗਾ ਅਸੀਂ ਉਹ ਕਰਾਂਗੇ, ਹੈ ਨਾ। ਧੰਨਵਾਦ ਬਿਨੋ ਢਿੱਲੋਂ ਸਾਹਿਬ ਵੀ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਆਏ ਨੇ, ਸਾਰੇ ਕਲਾਕਾਰ ਜਿਹੜੇ ਨੇ ਇੱਥੇ ਗੱਲਬਾਤ ਕਰ ਰਹੇ ਨੇ। ਸਰ ਯੁਵਰਾਜ ਲਈ ਕੀ ਗਿਫਟ ਆ ਫਿਰ ਅੱਜ ਦੀ? ਬਾਈ ਸਾਰਾ ਕੁਛ ਹੀ, ਉਹ ਤਾਂ ਛੋਟਾ ਭਰਾ, ਛੋਟੇ ਜਦੋਂ ਛੋਟਾ ਭਰਾ ਕਹਿ ਦੋ ਨਾ ਫਿਰ ਕੁਛ ਵੀ ਲੁਕੋਇਆ ਨਹੀਂ ਰਹਿੰਦਾ, ਹੈ ਨਾ, ਸਾਰੀ ਜ਼ਿੰਦਗੀ ਉਹਦੇ ਨਾਲ ਬਾਈ, ਗੱਲ ਹੀ ਨਹੀਂ ਕੋਈ, ਵਾਹਿਗੁਰੂ ਕਿਰਪਾ ਕਰਨ। ਐਂਡ ਬਹੁਤ ਵਧੀਆ ਲੱਗਦਾ ਉਹਨੂੰ ਖੁਸ਼ ਦੇਖ ਕੇ, ਅੱਜ ਇੰਨਾ ਜ਼ਿਆਦਾ ਖੁਸ਼ ਹੈ ਨਾ ਸਾਡਾ ਭਰਾ, ਵਾਹਿਗੁਰੂ ਸਾਰੀਆਂ ਖੁਸ਼ੀਆਂ ਉਹਨੂੰ ਦੇਣ ਸਾਡੇ ਭਰਾ ਨੂੰ। ਧੰਨਵਾਦ ਧੰਨਵਾਦ ਗੱਲਬਾਤ ਕਰਨ ਲਈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਰਿਸੈਪਸ਼ਨ ਪਾਰਟੀ ਦੇ ਉੱਪਰ ਰੌਣਕਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ, ਗਗਨ ਕੋਕਰੀ ਸਾਹਿਬ ਵੀ ਕਹਿਣਾ ਚਾਹੁੰਦੇ ਨੇ। ਕੋਕਰੀ ਸਾਹਿਬ ਤੁਹਾਡਾ ਗਾਣਾ ਨਹੀਂ, ਗਾਣਾ ਜ਼ਰੂਰ ਸੁਣਨਾ ਤੁਹਾਡਾ ਮੈਂ। ਯੂਵੀ ਵੀਰ ਉਹਨਾਂ ਨੇ ਵੀ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਹੰਸਰਾਜ ਹੰਸ ਦੀ ਕਰਕੇ ਆ ਸਾਰਾ ਕੁਛ, ਕਿਉਂਕਿ ਦੋ ਬਹੁਤ ਕਮਾਇਆ ਬਾਪੂ ਨੇ, ਉਹ ਮੈਨੂੰ ਸ਼ੌਂਕੀ ਵੀ ਬਣਾਇਆ ਬਾਪੂ ਨੇ, ਆਪੇ ਅੱਠਵੀਂ ਨਾ ਕੀਤੀਆਂ ਸੀ ਪੂਰੀਆਂ, ਮੈਨੂੰ ਕਾਲਜ 'ਚ ਲਾਇਆ ਬਾਪੂ ਨੇ, ਉਹ ਕਾਲਜ 'ਚ ਲਾਇਆ ਬਾਪੂ ਨੇ, ਸਾਰੀ ਜ਼ਿੰਦਗੀ ਹੀ ਫੋੜਿਆ ਉਹਨੇ ਹੱਕਿਆ, ਉਹ ਸਾਰੀ ਜ਼ਿੰਦਗੀ ਹੀ ਫੋੜਿਆ ਉਹਨੇ ਹੱਕਿਆ, ਉਹ ਨਾ ਹੀ ਥੱਕਿਆ ਉਹ ਮਰ ਮਰ ਕੇ, ਉਹ ਜੱਟ ਸਲੀਮ ਬਾਈ ਓਡੀਆਂ 'ਚ ਘੁੰਮਦਾ ਫਿਰੇ, ਇੱਕ ਬਾਪੂ ਵਾਲੇ ਹੋਰ ਕਰਕੇ, ਬਾਈ ਰੇਂਜ ਰੋਵਰਾਂ 'ਚ ਘੁੰਮਦਾ ਫਿਰੇ, ਇੱਕ ਬਾਪੂ ਵਾਲੇ ਫੋੜ ਕਰਕੇ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਸੋ
ਰਿਸੈਪਸ਼ਨ ਦੇ ਉੱਪਰ ਰੌਣਕਾਂ ਲੱਗੀਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਮਾਹੌਲ ਜਿਹੜਾ ਆ ਬਹੁਤ ਵਧੀਆ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ। ਕਈ ਕਲਾਕਾਰ ਇੱਥੇ ਆਏ ਨੇ ਅਤੇ ਕਈ ਸੂਫੀ ਸਿੰਗਰ ਜਿਹੜੇ ਨੇ ਇੱਥੇ ਗਾ ਕੇ ਸਾਰੇ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ਅਤੇ ਯੁਵਰਾਜ ਹੰਸ ਆਪਣੇ ਮੈਰੀ ਰਿਸੈਪਸ਼ਨ ਜਿਹੜੀ ਹੈ ਫੁੱਲ ਇੰਜੋਏ ਕਰ ਰਹੇ ਨੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। ਚੁੱਕੇ ਨਾ
लगता है, तुम सुनता तो खुद दीवाना लगता है। Thank you.
चैन से न
ਬਲਾਵ ਬਦਲਦੇ ਹੈ ਰਿਸ਼ਤੇ ਵੋ ਅਬ ਤੋ ਹਾਲੀ ਉਮਰ ਨਾ ਬਚਾਨਾ
ਮੈਰਿਜ ਦੀਆਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ।
ਬਹੁਤ ਮੁਬਾਰਕਾਂ ਇੱਥੇ ਸਾਰੇ ਸੁਰੀਲੇ ਲੋਕ ਬੈਠੇ ਨੇ ਗਾਉਣ ਵਾਲੇ ਨੂੰ ਮੈਂ ਤਾਂ ਕੀ ਗਾਉਣਾ ਮੈਂ ਇੰਨੀ ਬਸ ਇੱਕ ਹਾਜ਼ਰੀ ਤੁਹਾਡੀ ਦਿਲ ਕਰ ਲੱਗਾ ਇਹਨਾਂ ਦੇ ਅੱਗੇ ਗਾਉਣ ਵੇਲੇ ਡਰ ਵੀ ਬੜਾ ਲੱਗਦਾ ਪਰ ਜੈਸਾ ਥੋੜ੍ਹਾ ਬਹੁਤ ਪ੍ਰਵਾਨ ਕਰਨਾ ਗੁਰੂ ਜੀ Thank you.
ਅਰਦਾਸ ਕੀ ਤੁਹਾਡੇ ਤੋਂ ਕਰਨ ਲੱਗਾ ਕਿਉਂਕਿ ਨੱਚਣ ਦਾ ਮਾਹੌਲ ਇਸ ਕਰਕੇ
Thank you.
ਖੁਸ਼ ਹੋਈਏ ਦੀ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮਿਹਰਬਾਨੀ ਸ਼ੁਕਰ ਕਰਾਂ ਮਰਦੇ ਨੇ ਸਾਰੇ ਪਤਾ ਕਿਸੇ ਨੂੰ ਨਹੀਂ ਕੀਤਾ
नसीब हुंदी है लोको बहुती सोनी कुड़ी भी अजीब हुंदी है माइक बोल दे थोड़ा जा सी शार्प रख सी शार्प पारी पारी एक गाना तो गा के आ दूंगा मैं हां जी हां जी गुड गाना लक्ष्मी मिठा गुड गाना मेरा लेटेस्ट गाना सारा बोल दे बाद माइक Yeah.
ਮਾਈਕ੍ਰੋਫੋਨ ਠੀਕ ਹੈ ਬਾਕੀ ਫੇਰਾਂ ਤੋਂ ਬਾਅਦ ਮਿਲਦੇ ਹਾਂਜੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਯਨ ਤੇ ਅਸੀਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਅਪਡੇਟ ਯੁਵਰਾਜ ਤੇ ਮਾਨਸੀ ਦੀ ਵੈਡਿੰਗ ਦੀ ਤੇ ਵੈਡਿੰਗ ਦੀਆਂ ਤਿਆਰੀਆਂ ਜਿਹੜੀਆਂ ਸੀ ਅਸੀਂ ਤੁਹਾਨੂੰ ਦਿਖਾਈਆਂ ਸੀਗੀਆਂ ਵੈਡਿੰਗ ਦੀ ਲਾਈਵ ਕਵਰੇਜ ਵੀ ਦੈਨਿਕ ਸਵੇਰਾ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣੀ ਹੁਣੀ ਨਵਰਾਜ ਹੰਸ ਤੇ ਯੁਵਰਾਜ ਹੰਸ ਦੀ ਬੈਂਗ ਔਨ ਪਰਫਾਰਮੈਂਸ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਯੁਵਰਾਜ ਹੰਸ ਦੇ ਦੋਸਤ ਜਿਨ੍ਹਾਂ ਨੇ ਕਿ ਕਾਲਜ ਟਾਈਮ ਯੁਵਰਾਜ ਹੰਸ ਦਾ ਬਹੁਤ ਸਾਥ ਦਿੱਤਾ ਅਤੇ ਬਹੁਤ ਯਾਰੀ ਦੇ ਕਿੱਸੇ ਯੁਵਰਾਜ ਹੰਸ ਦੇ ਜਿਹੜੇ ਹੈ ਕਿ ਬਹੁਤ ਮਸ਼ਹੂਰ ਹੁੰਦੇ ਸੀ ਕਾਲਜ ਟਾਈਮ 'ਤੇ ਅਤੇ ਉਹਨਾਂ ਵਿੱਚੋਂ ਸਾਡੇ ਨਾਲ ਜੁੜ ਚੁੱਕੇ ਨੇ ਯੁਵਰਾਜ ਹੰਸ ਦੇ ਕਾਲਜ ਟਾਈਮ ਦੇ ਮਿੱਤਰ ਜਿਨ੍ਹਾਂ ਨਾਲ ਮਿਊਜ਼ਿਕ ਜਰਨੀ ਦੀ ਜਿਹੜੀ ਸ਼ੁਰੂਆਤ ਸੀ ਯੁਵਰਾਜ ਹੰਸ ਦੀ ਹੋਈ ਸੀ ਭੁਪੇਸ਼ ਜੀ ਭੁਪੇਸ਼ ਜੀ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਟੀਵੀ 'ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੱਜ ਤੁਹਾਡੇ ਦੋਸਤ ਦਾ ਵਿਆਹ ਹੋ ਗਿਆ ਹੈ ਹੋ ਹੀ ਗਿਆ ਆਲਮੋਸਟ ਕਿੱਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਔਰ ਅਸੀਂ ਕਾਲਜ ਟਾਈਮ ਦੇ ਨਹੀਂ ਅਸੀਂ ਸਕੂਲ ਟਾਈਮ ਦੇ ਹਾਂ ਇਹ ਮੇਰੇ ਨਾਲ ਅਮਰਜੋਤ ਸਿੰਘ ਜੀ ਔਰ ਭਾਟੀਆ ਸਾਹਿਬ ਚੀਮਾ ਸਾਹਿਬ ਅਸੀਂ ਸਕੂਲ ਟਾਈਮ ਦੇ ਮਿੱਤਰ ਹਾਂ ਔਰ ਸਾਨੂੰ ਬੜੀ ਖੁਸ਼ੀ ਹੈ ਇਸ ਉਪਲਕਸ਼ ਇਸ ਮਤਲਬ ਮੈਰਿਜ ਦੀ ਬਹੁਤ ਖੁਸ਼ੀ ਹੈ ਔਰ ਅੱਜ ਬਹੁਤ ਮੰਤਰ ਮੁਗਦੇ ਹਾਂ ਅਸੀਂ ਜੀ ਹਾਂ ਜਿੱਦਾਂ ਕਿ ਭੁਪੇਸ਼ ਨੇ ਦੱਸਿਆ ਕਿ ਕਾਲਜ ਟਾਈਮ ਹੀ ਨਹੀਂ ਇਹ ਸਕੂਲ ਟਾਈਮ ਤੋਂ ਇਕੱਠੇ ਨੇ ਅਤੇ ਸਕੂਲ ਟਾਈਮ ਦੇ ਵਿੱਚ ਸ਼ਰਾਰਤਾਂ ਦਾ ਜਿਹੜਾ ਦੌਰ ਹੈ ਉੱਥੋਂ ਲੈ ਕੇ ਅਤੇ ਹੁਣ ਜਵਾਨੀ ਤੱਕ ਦਾ ਜਿਹੜਾ ਦੌਰ ਹੈ ਵਿਆਹ ਤੱਕ ਦਾ ਦੌਰ ਇਹਨਾਂ ਨੇ ਦੇਖ ਲਿਆ ਅਤੇ ਅਮਰਜੋਤ ਕੀ ਕਹਿਣਾ ਚਾਹੋਗੇ ਆਪਣੇ ਯਾਰ ਦੇ ਵਿਆਹ 'ਤੇ ਕਿੱਦਾਂ ਦਾ ਫੀਲ ਕਰ ਰਹੇ ਹੋ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਮੈਂ ਤਾਂ ਸ਼ਰੀਫ ਹੀ ਸੀਗਾ ਇਹ ਹੀ ਸ਼ਰਾਰਤੀ ਸੀਗੇ ਇਹ ਸਾਡੇ ਗੈਂਗ ਲੀਡਰ ਸੀ ਅਮਰਜੋਤ ਸਿੰਘ ਜੀ ਹਾਂਜੀ ਭਾਈ ਜਿੱਦਣ ਯੁਵਰਾਜ ਹੰਸ ਨੇ ਪਹਿਲੇ ਦਿਨ ਸਕੂਲ ਜੁਆਇਨ ਕੀਤਾ ਸੀਗਾ ਉਹ ਪਹਿਲੇ ਦਿਨ ਆ ਕੇ ਹੀ ਯਾਨੀ ਕਿ ਪਹਿਲੇ ਦਿਨ ਹੀ ਉਹਦੀ ਮੇਰੇ ਨਾਲ ਯਾਰੀ ਪੈ ਗਈ ਸੀਗੀ ਮੈਂ ਕੁਦਰਤੀ ਜਿੱਦਾਂ ਮੈਂ ਉਹਨੂੰ ਪਹਿਲਾਂ ਨਹੀਂ ਜਾਣਦਾ ਸੀਗਾ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਯਾਨੀ ਕਿ ਉਹ ਕੌਣ ਆ ਕੌਣ ਨਹੀਂ ਪਰ ਪਹਿਲੇ ਦਿਨ ਹੀ ਮੇਰੀ ਉਹਦੇ ਨਾਲ ਯਾਰੀ ਪੈ ਗਈ ਸੀਗੀ ਵੀ ਉਹ ਪਹਿਲੇ ਦਿਨ ਦਾ ਸਾਡਾ ਇੰਨਾ ਕੁ ਪਿਆਰ ਆ ਵੀ ਰੱਬ ਦੇ ਕਰਕੇ ਵੀ ਹੁਣ ਤੱਕ ਬਰਕਰਾਰ ਆ ਭਾਜੀ ਬਹੁਤ ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਹੈ ਕਿ ਪਹਿਲੇ ਦਿਨ ਯਾਰੀ ਪੈ ਗਈ ਸੀ ਭਾਟੀਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਸ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਜੀ ਇੱਦਾਂ ਦਾ ਵਧੀਆ ਦੋਸਤ ਮਿਲਿਆ ਅਤੇ ਉਹਦੇ ਮੈਰਿਜ ਐਨਿਵਰਸਰੀ 'ਤੇ ਅਸੀਂ ਇੱਥੇ ਇਸ ਟਾਈਮ ਖੜ੍ਹੇ ਹਾਂ ਜੀ ਬਹੁਤ ਖੁਸ਼ਨਸੀਬ ਹਾਂ ਅਸੀਂ ਕਿ ਅਸੀਂ ਇੱਥੇ ਖੜ੍ਹੇ ਹਾਂ ਅਤੇ ਐਜ਼ ਆ ਫਰੈਂਡ ਸਾਡੀ ਬਹੁਤ ਬਹੁਤ ਸ਼ੁਭਕਾਮਨਾ ਹੈ ਉਹਨਾਂ ਨੂੰ ਅਤੇ ਬਹੁਤ ਅੱਛਾ ਲੱਗ ਰਿਹਾ ਜੀ ਅਤੇ ਭੁਪੇਸ਼ ਤੁਸੀਂ ਇੱਕ ਬਹੁਤ ਜਿਹੜਾ ਸਿੰਗਰ ਹੋ ਔਰ ਬੜਾ ਨਾਮ ਕਮਾ ਰਹੇ ਹੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਤੇ ਅੱਜ ਆਪਣੇ ਦੋਸਤ ਨੂੰ ਕਿਹੜਾ ਗਾਣਾ ਡੈਡੀਕੇਟ ਕਰਨਾ ਚਾਹੋਗੇ ਮੈਂ ਬਹੁਤ ਸ਼ੁਭਕਾਮਨਾਵਾਂ ਹੈ ਮੇਰੀਆਂ ਉਹਨਾਂ ਦੇ ਲਈ ਔਰ ਮੈਂ ਉਹਨਾਂ ਨੂੰ ਬੈਸਟ ਵਿਸ਼ਿਜ਼ ਦਿੰਦਾ ਜਿਹੜੀ ਉਹਨਾਂ ਦੀ ਨਵੀਂ ਲਾਈਫ ਸ਼ੁਰੂ ਹੋ ਰਹੀ ਹੈ ਉਹਨਾਂ ਨੂੰ ਬੈਸਟ ਵਿਸ਼ਿਜ਼ ਦਿੰਦਾ ਗੁੱਡ ਲੱਕ ਕਹਿੰਦਾ ਆ ਸੋ ਪਰਮਾਤਮਾ ਉਹਨਾਂ ਨੂੰ ਐਵੇਂ ਹੀ ਖੁਸ਼ ਰੱਖੇ ਜਿਵੇਂ ਉਹ ਹੁਣ ਹੈ ਸਾਰੀ ਲਾਈਫ ਉਹ ਖੁਸ਼ ਰਹਿਣ ਆਬਾਦ ਰਹਿਣ ਅਤੇ ਡੈਡੀਕੇਟ ਚੜ੍ਹਦੀ ਕਲਾ 'ਚ ਰਹਿਣ ਅਤੇ ਗਾਣਾ ਉਹਨਾਂ ਨੂੰ ਡੈਡੀਕੇਟ ਇਹੀ ਕਰਦਾ ਮੈਂ ਨਵੀਂ ਜੋੜੀ ਜਿਹੜੀ ਹੈ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬਸ ਬਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਕਿ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਸੋ ਐਵੇਂ ਹੀ ਇਹ ਸਾਡੀ ਭਾਬੀ ਸਾਡੀ ਭੈਣ ਮਾਨਸੀ ਔਰ ਸਾਡੇ ਵੱਡੇ ਭਰਾ ਯੁਵਰਾਜ ਐਵੇਂ ਹੀ ਹੱਸਦੇ ਵੱਸਦੇ ਰਹਿਣ ਔਰ ਖੁਸ਼ ਰਹਿਣ ਤੰਦਰੁਸਤ ਰਹਿਣ ਬਸ ਇਹੀ ਸਾਡੀ ਮਨੋਕਾਮਨਾ ਆ ਦਿਲੋਂ ਕਾਮਨਾ ਆ ਔਰ ਸ਼ੁਭਕਾਮਨਾ ਹੈ ਔਰ ਇਹੀ ਇਹਦੇ ਨਾਲ ਹੀ ਅਸੀਂ ਉਹਨਾਂ ਨੂੰ ਬੈਸਟ ਵਿਸ਼ਿਜ਼ ਦਿੰਦੇ ਹਾਂ ਉਹਨਾਂ ਦੀ ਨਿਊਲੀ ਜਿਹੜੀ ਵੈਡਿੰਗ ਆ ਉਹਨਾਂ ਦੀ ਲਾਈਫ ਆ ਔਰ ਬੜੀ ਸਮੂਥ ਚੱਲੇ ਔਰ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਜੀ ਸੋ ਇਹ ਸੀ ਜੀ ਯੁਵਰਾਜ ਹੰਸ ਦੇ ਸਕੂਲ ਦੇ ਦੋਸਤ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਇੱਦਾਂ ਹੀ ਤੁਹਾਨੂੰ ਯੁਵਰਾਜ ਦੇ ਮਾਨਸੀ ਦੇ ਵਿਆਹ ਦੀਆਂ ਹੋਰ ਲਾਈਵ ਅਪਡੇਟਸ ਦਿਖਾਉਂਦੇ ਰਹਾਂਗੇ ਮੈਂ ਨਯਨ ਅਵਸਥੀ ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ